ਜਦੋਂ ਨਿਸ਼ਾਨ ਸਾਹਿਬ ਝੂਲਦੇ ਨੇ ਤੇ ਉਦੋਂ ਫਿਰ ਇੱਕ ਆਸ ਦਾ ਦੀਵਾ ਹੁੰਦਾ ਇਸ ਗੁਰੂ ਘਰ ਦੀ ਸਭ ਤੋਂ ਵੱਲੱਖਣਤਾ ਇਹ ਆ ਕਿ ਫੋਕੀ ਦੀ ਗਰਾਊਂਡ ਫੁੱਟਬਾਲ ਦੀ ਗਰਾਊਂਡ ਬਾਲੀਵਾਲ ਦੀ ਗਰਾਊਂਡ ਨੈਟਬਾਲ ਦੀ ਗਰਾਊਂਡ ਕਬੱਡੀ ਦੀ ਗਰਾਊਂਡ ਸਾਰੀਆਂ ਗਰਾਊਂਡਾਂ ਖੇਡ ਮੈਦਾਨ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ FIFA ਅਪਰੂਵਡ ਪਹਿਲੀ ਗਰਾਊਂਡ ਹੈ ਜੀ ਕਿਸੇ ਗੁਰੂ ਘਰ ਦੀ ਦੁਨੀਆ ਭਰ ਦੇ ਵਿੱਚ ਤੁਹਾਨੂੰ ਤਾਂ ਕਦੀ ਇੱਥੇ ਪੈਨਡ ਕੀਤੇ ਨਹੀਂ ਆਇਆ ਜਿੱਦਾਂ ਪੈਨਡ ਪਿੰਡ ਛਾਵ ਨੂੰ ਹੁਣ ਤਾਂ ਪਿੰਡਾਂ ਚ ਤਾਂ ਨਹੀਂ ਵੈਸੇ ਇੱਥੇ ਤਾਂ ਗਰਾਊਂਡਾਂ ਸਾਰੀਆਂ ਭਰੀਆਂ ਹੁੰਦੀਆਂ ਹਾਂਜੀ 20 ਡੇ ਚ ਵੀ ਵੀ ਕਹਿ ਦਿੰਦੇ ਹਨੇ ਹਮੇਸ਼ਾ ਕਬੱਡੀ ਦੇ ਨਾਲ ਜੁੜੇ ਰਹੇ ਫੁੱਟਬਾਲ ਦੇ ਨਾਲ ਜੋ ਆਪਣੇ ਪਿੱਛੋਂ ਹੀ ਫੁੱਟਬਾਲ ਕਬੱਡੀ ਪਿੱਛੋਂ ਆਈ ਹੈ ਉਸ ਤੋਂ ਬਾਅਦ ਨਾਲ ਨਾਲ ਫਿਰੇ ਸ਼ੁਰੂ ਹੋਇਆ ਕਿ ਅਸੀਂ ਬਾਹਰ ਜਾਣੇ ਆ ਇੱਥੇ ਟੂਰਨਾਮੈਂਟ ਕਰਾਉਣੇ ਆ ਕਿ ਉਹਨਾਂ ਹੀ ਆਪਣੀਆਂ ਗਰਾਊਂਡਾਂ ਬਣਾਈਆਂ ਜਾਣ ਛਾਵ ਨੂੰ ਤੁਸੀਂ ਦੇਖੋਗੇ ਐਵਰੀ ਡੇ ਕਲੱਬ ਜਿਹੜੇ ਬੁਕਿੰਗ ਕਰਾ ਕੇ ਆਪਣੇ ਆਪਣੇ ਟੀਮਾਂ ਜਿਹੜੀਆਂ ਉਹਦੇ ਤੇ ਪ੍ਰੈਕਟਿਸ ਕਰਦੀ। ਨਹੀਂ ਤਾਂ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਬਾਹਰ ਲੋਕਾਂ ਨੂੰ ਪੁੱਛਣਾ ਪੈਂਦਾ ਇੱਥੇ। ਇੱਧਰ ਪਲੇ ਗਰਾਊਂਡ ਅਸੀਂ ਬਣਾਈ ਹੋਈ ਹੈ ਬੱਚਿਆਂ ਦੀ। ਜੇ ਉਹ ਜਾਦੇ ਕਾਲੇ ਪੈਂਦੇ ਤਾਂ ਆਪੇ ਹੀ ਕਹਿ ਦਿੰਦੇ ਹ ਜੀ ਆਪ ਦੀਆਂ ਮਤਲਬ ਪੇਰੈਂਟਸ ਨੂੰ ਵੀ ਅਸੀਂ ਗੁਰੂ ਘਰ ਤਾਂ ਕਾਕਾ ਨਹੀਂ ਨਹੀਂ ਗੁਰੂ ਘਰ ਜਾਣਾ। ਇਹ ਜਿਹੜੀ ਗਰਾਉਂਡਾਂ ਦੀ ਓਪਨਿੰਗ ਜਿਹੜੀ ਕੀਤੀ ਸੀ ਇਹ ਨੇਗੋਸ਼ੀਏਸ਼ਨ ਇਹ ਪ੍ਰਾਈਮ ਮਿਨਿਸਟਰ ਜਸਿੰਦਰ ਹਰਡਨ ਨੇ ਖੁਦ ਆਕੇ ਕੀਤੀ ਸੀ ਪਤਾ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਕੋਵਿਡ ਜਿਹੜਾ ਸ਼ੁਰੂ ਹੋਇਆ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਅ ਫੂਡ ਹੀਰੋ ਦਾ ਬੋਰਡ ਜਿਹੜਾ ਆ ਉਹ ਸਾਨੂੰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਜਦੋਂ ਪੰਜਾਬੀਆਂ ਦੀ ਚਰਚਾ ਹੁੰਦੀ ਹੈ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਤੇ ਉਦੋਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਝੂਲਦੇ ਹੋਣ ਦਾ ਕਨਸੈਪਟ ਮਨ ਦੇ ਵਿੱਚ ਆਉਂਦਾ ਪ੍ਰਵਾਸ ਇਹਦੇ ਨਾਲ ਬਹੁਤ ਡੂੰਘੇ ਤੌਰ ਦੇ ਉੱਤੇ ਜੁੜਿਆ ਜਦੋਂ ਕੋਈ ਪੰਜਾਬੀ ਜੱਕ ਕਿਸੇ ਵੀ ਕੌਮ ਦਾ ਬੰਦਾ ਕਿਸੇ ਵਿਦੇਸ਼ ਦੇ ਵਿੱਚ ਪੁੱਜਦਾ ਤੇ ਜੇ ਉਹਨੂੰ ਨਿਸ਼ਾਨ ਸਾਹਿਬ ਝੂਲਦਾ ਨਜ਼ਰ ਆ ਜਾਂਦਾ ਸੀ ਤਾਂ ਉਹ ਊਟ ਆਸਰਾ ਲੈਣ ਦੇ ਲਈ ਉਧਰਲੇ ਪਾਸੇ ਨੂੰ ਜਿਹੜਾ ਉਤਰ ਪੈਂਦਾ ਸੀ ਕਿ ਭਾਈ ਇੱਥੋਂ ਕੋਈ ਨਾ ਕੋਈ ਸਹਾਇਤਾ ਜਿਹੜੀ ਆ ਮੁੱਢਲੇ ਪੱਧਰ ਦੇ ਉੱਤੇ ਮੈਨੂੰ ਮਿਲ ਜੂ। ਵਿਦੇਸ਼ਾਂ ਦੇ ਵਿੱਚ ਪੰਜਾਬੀ ਆਏ ਵਿੱਤੀ ਤੌਰ ਦੇ ਉੱਤੇ ਜੱਦੋ ਜਹਿਦ ਕੀਤੀ ਮਜ਼ਬੂਤ ਹੋਏ ਉਹਦੇ ਤੋਂ ਬਾਅਦ ਗੁਰੂ ਘਰਾਂ ਦੀ ਜਿਹੜੀ ਉਹ ਸਥਾਪਨਾ ਹੋਈ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ, ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਚਾਰ ਪ੍ਰਸਾਰ ਤੇ ਸਭ ਤੋਂ ਵੱਡੀ ਗੱਲ ਕਿ ਲੋੜਵੰਦਾਂ ਦੇ ਲਈ ਦਰਵਾਜ਼ੇ ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਤਰੀਕੇ ਖੁੱਲੇ ਗਏ। ਅੱਜ ਅਸੀਂ ਨਿਊਜ਼ੀਲੈਂਡ ਦੀ ਇਸ ਖੂਬਸੂਰਤ ਧਰਤੀ ਦੇ ਉੱਤੇ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਟਾਕਾਨੀਨੀ ਵਿਖੇ ਬੈਠੇ ਆ ਤੇ ਮੈਂ ਕੁਝ ਵਿਸ਼ੇਸ਼ਤਾਵਾਂ ਜਿਹੜੀਆਂ ਕਿ ਬੇਹੱਦ ਇੰਪੋਰਟੈਂਟ ਨੇ ਮਹੱਤਵਪੂਰਣ ਨੇ ਉਹ ਜ਼ਰੂਰ ਦੱਸਦਾ ਜਾਵਾਂ ਕਮੇਟੀ ਮੈਂਬਰ ਨਾਲ ਨੇ ਜਿਹੜੇ ਸੇਵਾਦਾਰ ਨੇ ਉਹ ਸਾਡੇ ਨਾਲ ਬੈਠੇ ਗੱਲਾਂ ਬਾਤਾਂ ਸਾਰੀਆਂ ਜਿਹੜੀਆਂ ਉਹ ਕਰਾਂਗੇ ਇੱਕ ਮੈਂ ਇਹ ਦੱਸ ਦਿਆਂ ਕਿ ਇਸ ਗੁਰੂ ਘਰ ਦੀ ਸਭ ਤੋਂ ਵਿਲੱਖਣਤਾ ਇਹ ਆ ਕਿ ਹਾਕੀ ਦੀ ਗਰਾਊਂਡ ਫੁੱਟਬਾਲ ਦੀ ਗਰਾਊਂਡ ਵਾਲੀਬਾਲ ਦੀ ਗਰਾਊਂਡ ਨੈੱਟਬਾਲ ਦੀ ਗਰਾਊਂਡ ਕਬੱਡੀ ਦੀ ਗਰਾਊਂਡ ਸਾਰੀਆਂ ਗਰਾਊਂਡਾਂ ਖੇਡ ਮੈਦਾਨ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ FIFA ਅਪਰੂਵਡ ਪਹਿਲੀ ਗਰਾਊਂਡ ਹੈ ਜੀ ਕਿਸੇ ਗੁਰੂ ਘਰ ਦੀ ਦੁਨੀਆ ਭਰ ਦੇ ਵਿੱਚ ਤੇ ਆਪਣੇ ਤਾਂ ਗੁਰੂ ਸਾਹਿਬ ਨੇ ਵੀ ਖੇਡਣ ਵਾਲੇ ਪਾਸੇ ਬਹੁਤ ਜ਼ਿਆਦਾ ਜਿਹੜਾ ਉਹ ਮਹੱਤਵਪੂਰਨ ਉਹਨੂੰ ਅੰਗ ਮੰਨਿਆ ਸੀ ਤੇ ਇਸ ਗੱਲ ਦੇ ਲਈ ਜਿੱਥੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਉੱਥੇ ਨਾਲ ਹੀ ਪੰਜਾਬੀ ਭਾਸ਼ਾ ਸੈਂਕੜੇ ਬੱਚੇ ਗੁਰੂ ਘਰ ਦੀ ਛਤਰ ਛਾਇਆ ਹੇਠ ਸਿੱਖ ਰਹੇ ਨੇ ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਕਿ ਖਾਸ ਤੌਰ ਦੇ ਉੱਤੇ ਕੋਵਿਡ ਦੌਰਾਨ ਨਿਊਜ਼ੀਲੈਂਡ ਦੇ ਵਿੱਚ ਲੋਡ ਬੰਦਾਂ ਦੇ ਲਈ ਜਿਸ ਤਰੀਕੇ ਗੁਰੂ ਘਰ ਦੇ ਸੇਵਾਦਾਰਾਂ ਨੇ ਜਾ ਕੇ ਖਤਰੇ 'ਚ ਪੈ ਕੇ ਕਾਨੂੰਨਾਂ ਦੀ ਪਾਲਣਾ ਕਰਦੇ ਆ ਉਹ ਸਹਾਇਤਾ ਕੀਤੀ ਉਹ ਆਪਣੇ ਆਪ ਦੇ ਵਿੱਚ ਸਾਰਾ ਕੁਝ ਬਹੁਤ ਵਿਲੱਖਣ ਰਿਹਾ ਮੈਂ ਇੱਕ ਇੱਕ ਕਰਕੇ ਗੱਲ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਦਾਰ ਰਣਵੀਰ ਸਿੰਘ ਲਾਲੀ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਲਾਲੀ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਪ੍ਰਾਇਮੇਰੀ ਸ਼ਾਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਇਸ ਗੁਰੂ ਘਰ ਦੇ ਬਾਰੇ ਦੁਨੀਆ ਭਰ ਦੀ ਸੰਗਤ ਨੂੰ ਪਤਾ ਜਿਸ ਤਰੀਕੇ ਦੀਆਂ ਗਤੀਵਿਧੀਆਂ ਚੱਲਦੀਆਂ ਨੇ ਆਪਾਂ 메ਨ ਮੁੱਖ ਦਰਬਾਰ ਦੇ ਵਿੱਚ ਬੈਠੇ ਆ ਉਹ ਸਾਰੀਆਂ ਗਤੀਵਿਧੀਆਂ ਚੱਲਦੀਆਂ ਇਹ ਸਾਰੇ ਕਨਸੈਪਟ ਕਮੇਟੀ ਦੇ ਮਨ ਦੇ ਵਿੱਚ ਆਏ ਇਕਦਮ ਤੌਰ ਦੇ ਉੱਤੇ ਤਾਂ ਹੁੰਦਾ ਕਿ ਚਲੋ ਠੀਕ ਹੈ ਜੀ ਗੁਰੂ ਘਰ ਦੀ ਸਥਾਪਨਾ ਹੋ ਗਈ ਹੈ ਲੰਗਰ ਘਰ ਹੋ ਗਿਆ ਮੁੱਖ ਦਰਬਾਰ ਹੋ ਗਿਆ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਪਰ ਉਹਦੇ ਤੋਂ हट ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਵਿਦੇਸ਼ਾਂ ਦੇ ਵਿੱਚ ਸਾਡੀ ਕੌਮ ਦੇ ਲਈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਾਲ ਜੋੜੀ ਰੱਖਣ ਦੀ ਲੋੜ ਜ਼ਰੂਰੀ ਹੈ ਉਹਦੇ ਲਈ ਵਿਚਾਰਾਂ ਕਿਦਾਂ ਸ਼ੁਰੂ ਹੋ ਗੀਆਂ ਜੀ WhatsApp ਇਸ ਤਰ੍ਹਾਂ ਵੀ ਗੁਰੂ ਘਰ ਤਾਂ ਆਪਾਂ ਪਹਿਲਾਂ ਜਦੋਂ ਆਨੇ ਆ ਨਾ ਗੁਰੂ ਘਰ ਸਾਡੀ ਮੁੱਖ ਲੋੜ ਸੀ ਗੁਰੂ ਘਰ ਵੀ ਬਣਾ ਲੈ ਉਸ ਤੋਂ ਬਾਅਦ ਅਗਲਾ ਜਿਹੜਾ ਸਾਡੇ ਵਾਸਤੇ ਜਿਹੜਾ ਸਵਾਲ ਇਹ ਸੀ ਕਿ ਆਪਣੀ ਪੀੜ੍ਹੀ ਨੂੰ ਕਿਸ ਤਰ੍ਹਾਂ ਗੁਰੂ ਘਰਾਂ ਦੇ ਨਾਲ ਜੋੜੀ ਰੱਖਣਾ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਾਹਮਣਾ ਇਹਨਾਂ ਨੂੰ ਪਾਸ਼ਾ ਦੇ ਨਾਲ ਆਪਣੇ ਹੈਰੀਟੇਜ ਨਾਲ ਕਿਵੇਂ ਜੋੜ ਕੇ ਰੱਖਣਾ ਉਹਦੇ ਵਾਸਤੇ ਹੀ ਜਿਹੜਾ ਸਿੱਖ ਹੈਰੀਟੇਜ ਸਕੂਲ ਉਹ ਹੋਂਦ ਵਿੱਚ ਆਇਆ ਜਿਹੜਾ ਕਿ ਸਰਪੰਚ ਸਾਤ ਬੱਚਿਆਂ ਤੋਂ ਸ਼ੁਰੂ ਹੋ ਕੇ ਅੱਜ ਵੇਲੇ ਸਾਡੇ ਕੋਲ ਤਕਰੀਬਨ 800 ਬੱਚਾ ਪੜ ਰਿਹਾ ਜੀ ਠੀਕ ਹੈ ਜੀ ਤੇ ਨਾਲ ਹੀ ਫਿਰ ਜਿਹੜੇ ਗਰਾਊਂਡਾਂ ਦਾ ਸੀ ਅਸੀਂ ਹਮੇਸ਼ਾ ਕਬੱਡੀ ਦੇ ਨਾਲ ਜੁੜੇ ਰਹੇ ਫੁੱਟਬਾਲ ਦੇ ਨਾਲ ਜੋ ਆਪਣੇ ਪਿੱਛੋਂ ਹੀ ਫੁੱਟਬਾਲ ਕਬੱਡੀ ਪਿੱਛੋਂ ਆਈ ਆ ਉਸ ਤੋਂ ਨਾਲ-ਨਾਲ ਫਿਰ ਇਹ ਸ਼ੁਰੂ ਹੋਇਆ ਕਿ ਅਸੀਂ ਬਾਹਰ ਜਾਂਦੇ ਆ ਇੱਥੇ ਟੂਰਨਾਮੈਂਟ ਕਰਾਉਨੇ ਆ ਕਿਉਂ ਨਾ ਅਸੀਂ ਆਪਣੀਆਂ ਗਰਾਊਂਡਾਂ ਬਣਾਈਆਂ ਜਾਣ ਜਿਹਦੇ ਨਾਲ ਹੁਣ ਸਾਡੇ ਕੋਲ ਇਸ ਵੇਲੇ ਸ਼ਾਮ ਨੂੰ ਤੁਸੀਂ ਦੇਖੋਗੇ एवरीडे ਕਲੱਬ ਜਿਹੜੇ ਬੁਕਿੰਗ ਕਰਾ ਕੇ ਆਪਣੇ ਆਪਣੇ ਟੀਮਾਂ ਜਿਹੜੀਆਂ ਆ ਉਹ ਇੱਥੇ ਪ੍ਰੈਕਟਿਸ ਕਰਦੀਆਂ ਨਹੀਂ ਤਾਂ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਬਾਹਰ ਲੋਕਾਂ ਨੂੰ ਪੁੱਛਣਾ ਪੈਂਦਾ ਇੱਥੇ ਠੀਕ ਹੈ ਜੀ ਤੇ ਜਿਹੜੇ ਸਿੱਖ ਹੈਰੀਟੇਜ ਸਕੂਲ ਆ ਬੱਚੇ ਸਕੂਲੇ ਆਉਂਦੇ ਆ ਸਿੱਖੀ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਪਤਾ ਲੱਗਦਾ ਗੁਰਦੁਆਰੇ ਆਉਣਾ ਪੈਂਦਾ ਇਸ ਤਰ੍ਹਾਂ ਹੀ ਜਿਹੜੇ ਬੱਚਿਆਂ ਲਈ ਅਸੀਂ ਆਪਣੇ ਪਲੇ ਸੈਂਟਰ ਬਣਾਏ ਆ ਉਹਦਾ ਵੀ ਇਹੀ ਕਾਰਨ ਨੇ ਆ ਤਾਂ ਕਿ ਬੱਚੇ ਇਸ ਤਰ੍ਹਾਂ ਨੰ ਬੋਰ ਨਾ ਹੋਣ ਆ ਕੇ ਉਹ ਸਮਾਪ ਪੇਰੈਂਟਸ ਨੂੰ ਕਹਿੰਦੇ ਕਿ ਗੁਰਦੁਆਰੇ ਜਾਣਾ ਨਾ ਮੱਥਾ ਟੇਕ ਕੇ ਬਾਅਦ ਲੰਗਰ ਛਕਿਆ ਉਸ ਤੋਂ ਬਾਅਦ ਉਹਨਾਂ ਨੇ ਵੀ ਬੱਚਿਆਂ ਨੇ ਖੇਡਣਾ ਕਿਉਂਕਿ ਬਚਪਨ ਹੈ ਉਹਨਾਂ ਦਾ ਖੇਡਣਾ ਹੀ ਖੇਡਣਾ ਹੈ ਨਾ ਅੱਛਾ ਮੈਂ ਮੈਂ ਚੀਜ਼ਾਂ ਥੋੜੀਆਂ ਵਿਸਥਾਰ ਦੇ ਨਾਲ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ ਬਾਕੀ ਸੇਵਾਦਾਰਾਂ ਦੇ ਨਾਲ ਵੀ ਆਪਾਂ ਗੱਲ ਕਰਨੀ ਹੈ ਕਿ ਤੁਸੀਂ ਸੈਂਕੜੇ ਦੀ ਗਿਣਤੀ ਦੱਸ ਦਿੱਤੀ ਬੱਚਿਆਂ ਦੀ ਉਹ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਈ ਜਾਂਦੀ ਹੈ ਕਦੋਂ ਸਿਖਾਈ ਜਾਂਦੀ ਹੈ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਅਧਿਆਪਕਾਂ ਦੀ ਅਧਿਆਪਕ ਕਿਉਂਕਿ ਸਾਰਿਆਂ ਨੇ ਇੱਥੇ ਕੰਮ ਕਰ ਵੀ ਕਰਨੇ ਆ ਘਰਾਂ ਦੀਆਂ ਕਿਸ਼ਤਾਂ ਵੀ ਦੇਣੀਆਂ ਸਮਾਂ ਕਿਸੇ ਕੋਈ ਨਹੀਂ ਹੁੰਦਾ ਉਹ ਸਾਰਾ ਚੀਜ਼ਾਂ ਮੈਨੇਜ ਕਿਦਾਂ ਕੀਤੀਆਂ ਜੀ ਪਰ ਜਿਹੜੇ ਬੱਚੇ ਪੜ੍ਹਦੇ ਆ ਕੀ ਉਹ ਸਿਰਫ ਆਪਣਾ ਨਾਮ ਲਿਖਣਾ ਸਿੱਖਦੇ ਆ ਜਾਂ ਪੰਜਾਬੀ ਬੋਲਣੀ ਸਿੱਖਦੇ ਆ ਜਾਂ ਸਾਰੀ ਚੀਜ਼ ਵਿਸਤਾਰ ਚ ਸਮਝਾਉਂ ਕਿਉਂਕਿ ਪੰਜਾਬੀ ਭਾਸ਼ਾ ਦਾ ਮਸਲਾ ਵੱਡਾ ਹਾਂਜੀ 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 ਸ਼ੁਰੂ ਦੇ ਵਿੱਚ ਤਾਂ ਸਾਡੇ ਕੋਲ ਜੀ ਵਲੰਟੀਅਰ ਟੀਚਰ ਸੀਗੇ ਇੱਕ ਦੋ ਬੱਚੇ ਵੀ ਥੋੜੇ ਸੀ ਜਿਉਂ-ਜਿਉਂ ਬੱਚਿਆਂ ਦੀ ਗਿਣਤੀ ਵੱਧਦੀ ਗਈ ਇਸ ਤਰ੍ਹਾਂ ਵੀ ਟੀਚਰ ਹਰ ਕੰਮ ਸ਼ੁਰੂ ਕੀਤਾ ਇਸ ਵੇਲੇ ਸਾਡੇ ਕੋਲ ਤਕਰੀਬਨ 30 ਟੀਚਰ ਆ ਇਸ ਵ ਤੇ ਇਹੜੀ ਬੱਚਿਆਂ ਦੀ ਕਲਾਸ ਹੈ ਉਹ ਸੈਚਰਡੇ ਲੱਗਦੀ ਹੈ ਜੀ ਅੱਧਾ ਦਿਨ ਅੱਧਾ ਦਿਨ ਸੈਚਰਡੇ ਬੱਚੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਠੀਕ ਹੈ ਜੀ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ 9ਵੀਂ 10ਵੀਂ ਵੀ ਇਹਦੇ ਵਿੱਚ ਐਡ ਕਰ ਰਹੇ ਹਾਂ ਪਰ ਸਾਨੂੰ ਥੋੜੀ ਜਿਹੀ ਜਿਵੇਂ ਅਕਮੋਡੇਸ਼ਨ ਦੀ ਕਮਰੇਆਂ ਵਗੈਰਾ ਦੀ ਬੱਚਿਆਂ ਦੇ ਕਲਾਸਰੂਮਸ ਦੀ ਮੁਸ਼ਕਲ ਆ ਰਹੀ ਹੈ ਟੈਂਪਰੇਰੀਲੀ ਅਸੀਂ ਹੁਣ ਕੈਵਨ ਖਰੀਦੇ ਆ ਉੱਥੇ ਲਾ ਰਹੇ ਆ ਤੇ ਅਗਲਾ ਪ੍ਰੋਜੈਕਟ ਸਾਡਾ ਜਿਹੜਾ ਸਕੂਲ ਸਾਈਡ ਤੇ ਐਕਸਟੈਂਸ਼ਨ ਹੋ ਰਹੀ ਬਿਲਡਿੰਗ ਦੀ ਉੱਥੇ तकरीबन 28 ਕਮਰੇ ਜਿਹੜੇ ਆ ਉਹ ਸਕੂਲ ਵਾਸਤੇ ਬਣਾਏ ਜਾ ਰਹੇ ਆ। ਕਲਾਸਾਂ ਕਿੰਨੀਆਂ ਲੱਗਦੀਆਂ? ਕਲਾਸਾਂ ਸੈਚਰਡੇ ਲੱਗਦੀਆਂ ਜੀ। ਠੀਕ ਹੈ ਜੀ। ਸੈਚਰਡੇ ਅੱਧਾ ਦਿਨ ਦੁਪਹਿਰੋਂ ਬਾਅਦ ਅੱਧਾ ਦਿਨ ਕਲਾਸਾਂ ਲੱਗਦੀਆਂ। ਬੱਚਿਆਂ ਨੂੰ ਇੱਥੇ ਪੰਜਾਬੀ ਤੇ ਨਾਲ-ਨਾਲ ਅਸੀਂ ਗੁਰਮਤ ਸੰਗੀਤ, ਕੀਰਤਨ ਸਾਡੇ ਕੋਲ ਪ੍ਰੋਫੈਸ਼ਨਲ ਜਿਹੜੇ 뮤ਜ਼ਿਕ ਦੇ ਟੀਚਰ ਐ ਦੋ ਉਹ ਵੀ ਇੱਥੇ ਕਲਾਸਾਂ ਲਾਉਂਦੇ ਆ ਜੀ। ਹਾਰਮੋਨੀਅਮ ਵਾਲਾ ਹਾਰਮੋਨੀਅਮ ਸਿੱਖ ਸਕਦਾ, ਕੀਰਤਨ ਵਾਲਾ ਕੀਰਤਨ ਕਰ ਸਕਦਾ, ਤਬਲਾ ਸਿੱਖ ਸਕਦੇ ਬੱਚਾ ਕਿਤੇ ਬੱਚੇ। ਇਹ ਮੈਂ ਖੁਰਦ ਪੁੱਛਣਾ ਜ਼ਰੂਰ ਚਾਹੁੰਨਾ ਕਿ ਆਮ ਜਿਹੜੇ ਹੁਣ ਆਕਲੈਂਡ ਦੇ ਵਿੱਚ ਆਪਾਂ ਟਾਕਾਂ ਨਹੀਂ ਨੀਚਾ ਮਾਪੇ ਚਾਹੁੰਦੇ ਸੀ ਕਿ ਭਾਈ ਸਾਡੇ ਬੱਚੇ ਪੰਜਾਬੀ ਸਿੱਖਣ ਕਿਉਂਕਿ ਇੱਥੇ ਸਕੂਲ ਜਾਣਾ ਤਾਂ ਉਹਨਾਂ ਨੇ ਇੰਗਲਿਸ਼ ਜਿਹੜੀ ਉਹ ਪੜ੍ਹਨੀ ਬੋਲਣੀ ਸਿੱਖਣੀ ਉਹਨਾਂ ਨੇ ਆਪਣੇ ਬਾਕੀ ਕੌਮਾਂ ਦੇ ਜਿਹੜੇ ਬੱਚੇ ਨੇ ਮਿੱਤਰ ਜਿਹੜੇ ਉਹਨਾਂ ਦੇ ਬਣਨੇ ਆ ਜਾਂ ਕਲਾਸਮੇਟ ਨੇ ਉੱਥੇ ਵੀ ਉਹਨਾਂ ਨੇ ਅੰਗਰੇਜ਼ੀ ਵਾਲੇ ਪਾਸੇ ਨੂੰ ਚੱਲਣਾ ਕਲਾਸ ਦੇ ਵਿੱਚ ਵੀ ਅੰਗਰੇਜ਼ੀ ਵਾਲੇ ਪਾਸੇ ਨੂੰ ਚੱਲਣਾ ਆਮ ਜਿਹੜਾ ਇੱਥੇ ਦਾ ਪੰਜਾਬੀ ਤੇ ਸਿੱਖ ਭਾਈਚਾਰਾ ਉਹ ਸ਼ਿੱਦਤ ਦੇ ਨਾਲ ਚਾਹੁੰਦਾ ਸੀ ਜਿਹੜਾ ਗੁਰੂ ਘਰ ਨੇ ਲੋੜ ਪੂਰੀ ਕੀਤੀ ਹਾਂਜੀ 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 ਹਰੇਕ ਪੇਰੈਂਟ ਸੀ ਇਹ ਜ਼ਰੂਰ ਚਾਹੁੰਦਾ ਕਿ ਮੇਰੇ ਬੱਚੇ ਪੰਜਾਬੀ ਨਾਲ ਜੁੜੇ ਰਹਿਣ ਸਿੱਖੀ ਨਾਲ ਜੁੜੇ ਰਹਿਣ ਤੇ ਗੁਰਦਵਾਰ ਨਾਲ ਜੁੜੇ ਰਹਿਣ ਇਹ ਹਰੇਕ ਪੇਰੈਂਟਸ ਦੀ ਜਿਹੜੀ ਚਾਹਨਾ ਆ ਇਸ ਕਰਕੇ ਉਹ ਪੇਰੈਂਟਸ ਤੁਸੀਂ ਸੈਚਰਡੇ ਆਪਾਂ ਤੁਹਾਡੇ ਲੇਟ ਹੋ ਗਏ ਹੁਣ ਵੀ ਸੈਚਰਡੇ ਤੁਸੀਂ ਆਉਂਦੇ ਇੱਥੇ ਜਿੰਨੇ ਬੱਚੇ ਆ ਉਧਰ ਡਬਲ ਪੇਰੈਂਟਸ ਨਾਲ ਇੱਥੇ ਹੁੰਦੇ ਆ ਪੇਰੈਂਟਸ ਨਾਲ ਲੈ ਕੇ ਆਉਂਦੇ ਬੱਚਿਆਂ ਨੂੰ ਜਿਹੜੇ ਬੱਚੇ ਇੱਥੇ ਗ੍ਰੈਜੂਏਟ ਹੋ ਜਾਂਦੇ ਆ 8ਵੀਂ ਤੱਕ ਪੜ੍ਹ ਗਏ ਆ ਉਹ ਬੱਚੇ ਪੰਜਾਬੀ ਪੜ੍ਹ ਸਕਦੇ ਆ ਪੜ੍ਹਦੇ ਆ ਬੋਲਦੇ ਆ ਪਾਠ ਕਰਦੇ ਆ ਇਹ ਲਿਖ ਸਕਦੇ ਆ ਬਿਲਕੁਲ ਠੀਕ ਹਾਂਜੀ ਅੱਛਾ ਮੈਨੂੰ ਕੋਵਿਡ ਦੇ ਦੌਰਾਨ ਦੀ ਗੱਲ ਸੁਣਾਓ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਉਹ ਕਿਸੇ ਇੱਕ ਖਿੱਤੇ ਵਿਸ਼ੇਸ਼ ਦੀ ਮਹਾਮਾਰੀ ਨਹੀਂ ਸੀ ਸਾਰੀ ਦੁਨੀਆ ਚ ਕੰਮ ਧੰਦੇ ਠੱਪ ਹੋ ਗਏ ਫੈਕਟਰੀਆਂ ਬੰਦ ਹੋ ਗਈਆਂ ਲੋਕ ਬੇਰੁਜ਼ਗਾਰ ਹੋ ਗਏ ਘਰਾਂ ਤੋਂ ਬਾਹਰ ਨਿਕਲਣਾ ਬੰਦ ਹੋ ਗਿਆ ਕਿਉਂਕਿ ਮੈਂ ਤਾਂ ਹੁਣ ਕੈਨੇਡਾ ਤੋਂ ਆਇਆ ਨਿਊਜ਼ੀਲੈਂਡ ਸਭ ਤੋਂ ਵੱਧ ਸਖਤ ਦੇਸ਼ਾਂ ਦੇ ਵਿੱਚ ਅਸੀਂ ਮੰਨਦੇ ਸੀ ਕਿ ਭਾਈ ਪਤਾ ਨਹੀਂ ਹਿਲਣ ਦਿੰਦੇ ਉਸ ਵੇਲੇ ਕਿਉਂਕਿ ਗੁਰੂ ਘਰ ਦੇ ਦਰਵਾਜ਼ੇ ਤਾਂ ਸੰਗਤ ਲਈ ਖੁੱਲੇ ਹੁੰਦੇ ਆ ਪਰ ਉਹਦਾ ਦਰਵਾਜ਼ੇ ਬੰਦ ਕਰਤੇ ਗਿਆ ਸੀ ਫਿਰ ਕੀ ਗੁਰੂ ਘਰ ਦੀ ਟੀਮ ਜਿਹੜੀ ਹੈ ਘਰਾਂ ਤੋਂ ਨਿਕਲ ਕੇ ਜਿਹੜੇ ਲੋਕ ਸਟਕ ਹੋ ਗਏ ਸੀ ਜਿਨ੍ਹਾਂ ਕੋਈ ਰੋਟੀ ਖਾਣ ਦੇ ਲਈ ਨਹੀਂ ਸੀ ਉਹਨਾਂ ਦੇ ਲਈ ਕੋਦਮ ਕੀਤਾ ਗਿਆ ਜਦੋਂ ਜੀ ਪਹਿਲਾ ਲਾਕਡਾਊਨ ਲੱਗਾ ਉਦੋਂ ਗੁਰੂ ਘਰ ਦੇ ਦਰਵਾਜ਼ੇ ਬੰਦ ਹੋ ਗਏ ਸਾਰਾ ਕੁਝ ਬੰਦ ਹੋ ਗਿਆ ਤੇ ਜਿਹੜਾ ਇੱਥੇ ਬਚਿਆ ਰਾਸ਼ਨ ਸੀ ਉਤੋਂ ਬੇਸਿਕਲੀ ਸ਼ੁਰੂ ਉਤੋਂ ਹੋਇਆ ਕੰਮ ਵੀ ਰਾਸ਼ਨ ਬਚਿਆ ਪਿਆ ਇਹ ਖਰਾਬ ਹੋ ਜਾਣਾ ਕੀ ਕਰੀਏ ਹੈਨਾ ਸਾਡੇ ਭਾਈ ਸਾਹਿਬ ਇੰਡੀਆ ਗਏ ਹੋਣ ਕਮੇਟੀ ਮੈਂਬਰ ਦਲਜੀਤ ਸਿੰਘ ਉਹਨਾਂ ਨੇ ਕੀਤਾ ਵੀ ਇੱਥੇ ਗਵਾਣ ਦੇ ਵਿੱਚ ਪਹਿਲਾਂ ਡਿਸਟ੍ਰੀਬਿਊਸ਼ਨ ਸ਼ੁਰੂ ਕੀਤੀ ਵੀ ਆ ਭਾਈ ਲੈ ਜਾਓ ਆ ਕੇ ਸਮਾਨ ਖਰਾਬ ਹੋ ਜਾਣਾ ਜਿਹੜਾ ਸਮਾਨ ਬਣਾਉਣ ਵਾਲਾ ਹਾਂਜੀ ਹਾਂਜੀ ਉਤੋਂ ਸ਼ੁਰੂ ਹੋਇਆ ਕੰਮ ਅਸੀਂ ਵੀ ਵੈਸੇ ਪਹਿਲਾਂ ਛੁਰੂ ਹੀ ਡਰਦੇ ਸੀ ਅਸੀਂ ਉਹਨੂੰ ਵੀ ਕਿਹਾ ਯਾਰ ਠੀਕ ਆ ਸੇਵਾ ਤਾਂ ਸੇਵਾ ਠੀਕ ਆ ਪਰ ਖਿਆਲ ਰੱਖੋ ਆਪਣਾ ਇਹ ਨਾ ਹੋਵੇ ਸੇਵਾ ਦੇ ਵਿੱਚ ਹੀ ਅਬਰਗੜੇ ਜਾਈਏ ਹੈਨਾ ਪਰ ਇਸ ਤਰ੍ਹਾਂ ਫਿਰ ਹੌਲੀ-ਹੌਲੀ ਦੂਜੇ ਦਿਨ ਅਸੀਂ ਸਾਰੇ ਕਮੇਟੀ ਵਾਲੇ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਇੱਥੋਂ ਤੱਕ ਗੱਲ ਸ਼ੁਰੂ ਹੋ ਗਿਆ ਜੀ ਸਾਨੂੰ ਟਾਈਮ ਫਿਕਸ ਕਰਕੇ ਫੇਸਬੁੱਕ ਤੇ ਐਡਵਰਟਾਈਜ਼ ਕਰਨੀ ਪਈ ਬੇ ਇੰਨੇ ਤੋਂ ਇੰਨੇ ਟਾਈਮ ਜੀ ਜਿਹੜਾ ਅਸੀਂ ਡਿਸਟ੍ਰਿਬਿਊਸ਼ਨ ਕਰਨੀ ਆ ਅਹੀਂ ਜੇ 2 ਵਜੇ ਦਾ ਟਾਈਮ ਦਿੰਦੇ ਸੀ ਤਾਂ 12 ਵਜੇ ਬਾਅਦ ਕਿਉਂ ਲੱਗ ਜਾਂਦੇ ਸੀ ਲਾਈਨ ਲੱਗ ਜਾਂਦੀ ਲਾਈਨ ਲੱਗ ਜਾਂਦੀ ਗੁਰਦਵਾਰਾ ਦੇ ਗੇਟ ਬੰਦ ਸਾਨੂੰ ਉੱਥੇ ਵਲੰਟੀਅਰ ਭੇਜ ਕੇ ਟਰੈਫਿਕ ਮੈਨੇਜਮੈਂਟ ਕਰਨੀ ਪੈਂਦੀ ਸੀ ਇਕੱਲੇ-ਇਕੱਲੇ ਨੂੰ ਗੱਡੀਆਂ ਭੇਜਣਾ ਹਾਂ ਇਹ ਜ਼ਰੂਰ ਸੀਗਾ ਵੀ ਗੱਡੀ ਵਾਲੇ ਨੂੰ ਕਹੇ ਤਾਂ ਵੀ ਗੱਡੀ ਬੰਦ ਰੱਖ ਆਪਣਾ ਬੂਥ ਖੋਲਦੇ ਤੇ ਸੇਵਾਦਾਰਾਂ ਨੇ ਆਪਣੇ ਗਲਬ ਵਗੈਰਾ ਪਾਏ ਹੋਆ ਮਾਸਕ ਪਾਏ ਹੋਆ ਤੇ ਉਹ ਚੱਕ ਕੇ ਉਹਦੇ ਸਮਾਨ ਗੱਡੀ 'ਚ ਰੱਖ ਦਿੰਦੇ ਸੀ ਤੇ ਸਮਾਨ ਤਕਰੀਬਨ ਇੱਕ ਫੈਮਿਲੀ ਵਾਸਤੇ ਇੱਕ ਹਫ਼ਤੇ ਦਾ ਸਮਾਨ ਅਸੀਂ ਦੰਦੇ ਦੇ ਵਿੱਚ ਜਿਹੜੀ 2 ਤੋਂ 4 ਜਾਂ 6 ਮੈਂਬਰਾਂ ਦੀ ਫੈਮਿਲੀ ਆ ਉਹਨੂੰ ਇੰਨਾ ਸਬਾਨ ਦੇ ਦਿਓ ਕਿ ਇੱਕ ਹਫਤਾ ਉਹਨਾਂ ਦਾ ਘਰ ਬੈਠਿਆਂ ਦਾ ਗੁਜ਼ਾਰਾ ਹੋ ਜਵੇ। ਸਬਾਨ ਤੋਂ ਕੀ ਭਾਵ ਜਾਨੀ ਕੀ ਸਬਾਨ? ਗਰੋਸਰੀ ਜਿਵੇਂ ਸਾਰਾ ਨਮਡਲੀਆਂ ਲੋੜਾਂ ਦੁੱਧ, ਬ੍ਰੈਡ, ਸਬਜ਼ੀਆਂ ਤੀਨ ਵਾਲਾ ਫੂਡ ਹੋ ਗਿਆ। ਗਰੋਸਰੀ ਜਿਹੜਾ ਬੰਦਾ ਘਰ ਬੈਠਾ ਆਪਣਾ ਪੇਟ ਭਰ ਸਕੇ। ਮੈਂ ਇੱਕ ਥੋੜੇ ਤੋਂ ਹੋਰ ਪੁੱਛਣਾ ਤੁਸੀਂ ਕਹ ਜੀ ਪਹਿਲਾਂ ਰਾਸ਼ਨ ਗੁਰੂ ਘਰ ਚ ਪਿਆ ਸੀ ਆਪਰ ਰਸਤ ਰੱਖਦੇ ਆ ਨਾ ਖਰੀਦ ਕੇ। ਲੰਗਰ ਬੰਦ ਹੋ ਗਿਆ ਗੁਰੂ ਘਰ ਦੇ ਦਰਵਾਜ਼ੇ ਕਾਨੂੰਨ ਦੇ ਮੁਤਾਬਕ ਸਾਨੂੰ ਬੰਦ ਕਰਨੇ ਪਏ। ਉਹਦੇ ਤੋਂ ਬਾਅਦ ਕੀ ਜਿੰਨਾ ਕਿ ਬਚਿਆ ਸੀ ਉਹੀ ਸੰਗਤ ਦੇ ਵਿੱਚ ਵੰਡਿਆ ਕਿ ਖਰੀਦ-ਖਰੀਦ ਕੇ ਵੀ ਫੇਰ ਵੰਡਿਆ ਜੀ। ਬਾਅਦ ਵਿੱਚ ਤਾਂ ਖਰੀਦ ਕੇ ਵੀ ਵੰਡਿਆ। ਫਿਰ ਵਾਹਿਗੁਰੂ ਦੀ ਇਹੋ ਜਿਹੀ ਕਿਰਪਾ ਵੀ ਹੋਈ ਹੈ ਉਹ ਕਿ ਸਾਨੂੰ ਸਮਾਨ ਸੰਗਤਾਂ ਨੇ ਬਹੁਤ ਦੇਣਾ ਸ਼ੁਰੂ ਕਰ ਦਿੱਤਾ। ਬਹੁਤ ਰਾਸ਼ਨ ਇਦਾਂ ਆ ਜਾਂਦਾ ਸੀ ਜਦੋਂ ਪਤਾ ਲੱਗਾ ਵੀ ਡਿਸਟ੍ਰੀਬਿਊਟ ਕਰ ਰਹੇ ਆ। ਬੜਾ ਸਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੱਕ ਵੀ ਸਮਾਨ ਕੰਪਨੀਆਂ ਆਪਣੇ ਆਪ ਦੇ ਜਾਂਦੀਆਂ ਵੀ ਇਹ ਸੇਵਾ ਕਰਦੇ ਦਿਓ। ਤੇ ਅਸੀਂ ਖਰੀਦ-ਖਰੀਦ ਕੇ ਹੀ ਵੰਡਿਆ। ਕੀ ਕੇਵਲ ਬੰਦੇ ਆ ਜੀ ਹਾਂਜੀ 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 ਇਸ ਮੁੱਦੇ ਤੇ ਆਖਰੀ ਸਵਾਲ ਕੀ ਸਿਰਫ ਉਸ ਸਿੱਖਾਂ ਨੂੰ ਦਿੱਤਾ ਪੰਜਾਬੀਆਂ ਨੂੰ ਦਿੱਤਾ ਨਹੀਂ ਦੇਖੋ ਜੀ ਗੁਰੂ ਘਰ ਵਿੱਚ ਵੀ ਤੁਸੀਂ ਡਿਸਕ੍ਰਿਮੀਨੇਸ਼ਨ ਕਰਨੀ ਹੈ ਕਿ ਸਿੱਖਾਂ ਲਈ ਇਕੱਲੇ ਕਰਨਾ ਇਦਾਂ ਨਹੀਂ ਦੇਖੋ ਜੀ ਇੱਥੇ ਤਾਂ ਕੋਈ ਗਰੀਬ ਆਵੇ ਗੁਰਵਾ ਆਵੇ ਹਾਂਜੀ ਕੋਈ ਰਾਜਾ ਆਵੇ ਕੋਈ ਕੋਈ ਆਵੇ ਸਨ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਇਹ ਅਸੀਂ ਕਿਸੇ ਨੂੰ ਨਹੀਂ ਇਦਾਂ ਕਿਹਾ ਵੀ ਕੋ ਕੋਣ ਆਵੇ ਸਾਰੀਆਂ ਕਮਿਊਨਿਟੀਆਂ ਦੇ ਲੋਕ ਆਏ ਆ ਤਕਰੀਬਤ ਸ਼ੁਰੂ ਦੇ ਵਿੱਚ ਸਾਡੀ ਤਕਰੀਬ ਨੇ 1500 ਆਕਾਰ ਟਾਰਗੇਟ ਸਾਡਾ ਹੁੰਦਾ 1500 ਹਾਂਜੀ ਇੱਕ 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 ਦਿਨ ਚ ਵਿੱਚ 2 ਘੰਟੇ ਚ ਚਲਾਉਂਦੇ ਸੀ ਉਹ ਫਿਰ 3-3 ਘੰਟੇ ਚੱਲ ਜਾਂਦਾ ਸੀ ਠੀਕ ਹੈ ਜੀ ਨੇ ਫਿਰ ਇੱਥੋਂ ਤੱਕ ਕਿ ਰੋਡ ਸਾਰੇ ਚੌਕ ਹੋ ਜਾਂਦੇ ਬਲੌਕ ਹੋ ਜਾਂਦੇ ਸੀ ਫਿਰ ਫਿਰ ਪੁਲਿਸ ਵਾਲੇ ਮੈਨੇਜ ਕਰਦੇ ਸੀ ਆ ਕੇ ਇਹ ਤਕਰੀਬਨ ਅਸੀਂ ਪਹਿਲਾਂ ਸ਼ੁਰੂ ਕੀਤਾ ਇੱਕ ਦਿਨ ਫਿਰ ਦੋ ਦਿਨ ਫਿਰ ਤਿੰਨ ਦਿਨ ਹਫ਼ਤੇ ਚ بیا ਸੋਮਵਾਰ ਲਾਓ ਨਾ ਤੇ ਬੁੱਧਵਾਰ ਲਾਓ ਤੇ ਫਰਡੇ ਲਾਓ ਨੇ ਤੇ 1500 ਤੋਂ ਸ਼ੁਰੂ ਹੋ ਕੇ ਤੁਸੀਂ ਇਹ ਲਾ ਲਓ ਵੀ ਅਸੀਂ ਕੋਵਿਡ ਦੇ ਦੌਰਾਨ ਤਕਰੀਬਨ 3.5 ਤੋਂ 4 ਲੱਖ ਜਿਹੜੇ ਆ ਪਾਰਸਲ ਜਿਹੜੇ ਆ ਫੈਮਲੀਆ ਨੂੰ ਅਸੀਂ ਫੀਡ ਕੀ ਪਹੁੰਚ ਦੇ ਕੀਤੇ ਜਿਹੜੇ ਇੱਥੇ ਨਹੀਂ ਆ ਸਕੇ ਉਹਨਾਂ ਨੂੰ ਘਰ ਜਾ ਕੇ ਜਿਵੇਂ ਬਜ਼ੁਰਗ ਬਜ਼ੁਰਗ ਸੀ ਉਹਨਾਂ ਨੂੰ ਘਰ ਹੋਮ ਡਿਲੀਵਰੀ ਕੀਤੀ ਜੀ ਹਾਂਜੀ ਉਹ ਤਦ ਤੱਕ ਪਹੁੰਚ ਕਿੱਦਾਂ ਕਰਦੇ ਸੀ ਕੁਝ ਪੁਲਿਸ ਰਾਹੀਂ ਕੁਝ ਫੇਸਬੁਕ ਰਾਹੀਂ ਹਾਂਜੀ 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 ਮੈਂ ਤੁਹਾਡੇ ਕੋਲ ਮੁੜ ਕੇ ਵਾਪਸ ਆਉਣਾ ਮੈਂ ਇੱਕ ਵਾਰ ਫਿਰ ਦੱਸਦੇ ਹਾਂ ਜੀ ਅਸੀਂ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹਾਂ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਟਾਕਾ ਨੀ ਨੀ ਆਕਲੈਂਡ ਦੇ ਵਿੱਚ ਆਕਲੈਂਡ ਜਿਹੜਾ ਕਿ ਨਿਊਜ਼ੀਲੈਂਡ ਦਾ ਵੱਡਾ ਸ਼ਹਿਰ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਨੇ ਇਸ ਦੇਸ਼ ਦੇ ਵਿੱਚ ਵਸਦੇ ਆ ਪਰ ਤੁਸੀਂ ਦੇਖੋ ਕਿ ਜਦੋਂ ਨਿਸ਼ਾਨ ਸਾਹਿਬ ਝੂਲਦੇ ਨੇ ਤੇ ਉਦੋਂ ਫਿਰ ਇੱਕ ਆਸ ਦਾ ਦੀਵਾ ਹੁੰਦਾ ਸਾਰਿਆਂ ਦੇ ਲਈ ਕਿ ਭਾਈ ਜੇ ਭੁੱਖੇ ਆ ਜੇ ਕੋਈ ਚੀਜ਼ ਦੀ ਲੋੜ ਆ ਤੇ ਅਸੀਂ ਉਧਰਲੇ ਪਾਸੇ ਨੂੰ ਚਲੀਏ ਤੇ ਕੋਵਿਡ ਦੇ ਸਮੇਂ ਦੇ ਵਿੱਚ ਆਪਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖਬਰਾਂ ਸੁਣੀਆ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੱਥ ਲਾਉਣ ਤੋਂ ਵੀ ਲੋਕ ਡਰਦੇ ਸੀ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸੀ ਆਪਣੇ ਆਪ ਨੂੰ ਬੰਦ ਕਰ ਲਿਆ ਪਰ ਉਸ ਵੇਲੇ ਜੇ 3.5 ਤੋਂ 4 ਲੱਖ ਲੋਕਾਂ ਨੂੰ ਰਾਸ਼ਨ ਪ੍ਰੋਵਾਈਡ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਗੁਰੂ ਘਰ ਨੇ ਤਾਂ ਫਿਰ ਇਹਦਾ ਮਤਲਬ ਗੁਰੂ ਦੀ ਮਹਿਮਾ ਪਈ ਇਹਦਾ ਮਤਲਬ ਹੈ ਕਿ ਫਿਰ ਸਰਕਾਰਾਂ ਜਿਹੜੀਆਂ ਰਿਕੋਗਨਾਈਜ਼ ਕਰਦੀਆਂ ਜ਼ਰੂਰ ਹੋਣਗੀਆਂ ਹੁਣ ਦੋ ਚੀਜ਼ਾਂ ਗੁਰੂ ਘਰ ਦੇ ਨਾਲ ਸੰਬੰਧਿਤ ਆਪਣੀ ਗੁਰਬਾਣੀ ਦਾ ਪ੍ਰਵਾਹ ਤਾਂ ਚੱਲਣਾ ਹੀ ਹੈ ਪ੍ਰਚਾਰ ਪ੍ਰਸਾਰ ਤਾਂ ਚੱਲਣਾ ਉਹ ਤਾਂ ਮੁੱਖ ਚੀਜ਼ ਹੈ ਨਾ ਇਹਦੇ ਤੋਂ ਬਿਨਾ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਸੈਂਕੜੇ ਬੱਚੇ ਆਉਂਦੇ ਸ਼ਾਇਦ ਜੇ ਇੱਥੇ ਪ੍ਰਬੰਧ ਨਾ ਹੁੰਦਾ ਤਾਂ ਫਿਰ ਉਹ ਬੱਚੇ ਸ਼ਾਇਦ ਪੰਜਾਬੀ ਪੜੀ ਨਾ ਸਕਦੇ ਲਿਖੀ ਨਾ ਸਕਦੇ ਬੋਲ ਨਹੀਂ ਨਾ ਸਕਦੇ ਚੰਗੇ ਤਰੀਕੇ ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਹੈ ਤੇ ਦੂਸਰਾ ਕੋਵਿਡ ਦੀ ਗੱਲ ਹੋਈ ਤੇ ਹੁਣ ਮੈਂ ਥੋੜੀਆਂ-ਥੋੜੀਆਂ ਚੀਜ਼ਾਂ ਇਧਰਲੇ ਪਾਸੇ ਵੀ ਪੁੱਛਣੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਐ ਫਤੇਜ ਜੀ ਇਹ ਸਰਦਾਰ ਸਾਹਿਬ ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ ਕਿ ਸਪੋਰਟਸ ਦਾ ਖੇਡਾਂ ਦਾ ਕਨਸੈਪਟ ਮੰਨ ਦੇ ਵਿੱਚ ਕਿੱਥੋਂ ਆਇਆ ਨਹੀਂ ਤਾਂ ਆਮ ਤੌਰ ਤੇ ਹੁੰਦਾ ਹੈ ਟੂਰਨਾਮੈਂਟ ਹੋਈ ਜਾਂਦੇ ਆ ਕੋਈ ਗੱਲ ਨਹੀਂ ਸਰਕਾਰ ਦੀਆਂ ਗਰਾਊਂਡਾਂ ਹੈਗੀਆਂ ਹੀ ਆ ਕਿਉਂਕਿ ਸੁਖਨਾ ਬਜਟ ਵੀ ਬਥੇਰਾ ਲੱਗਾ ਹੋਣਾ ਕਮੇਟੀ ਦੀ ਸਹਿਮਤੀ ਬਣ ਜਾਂਦੀ ਆ ਬਿਲਕੁਲ ਜੀ ਬਿਲਕੁਲ ਸਪੋਰਟਸ ਦਾ ਕਨਸੈਪਟ ਤਾਂ ਇਦਾਂ ਨਹੀਂ ਜਿਵੇਂ ਸਾਡੇ ਧਰਮ ਵਿੱਚ ਹੀ ਪਹਿਲਾਂ ਤੋਂ ਜੀ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਮਲਖਾੜੇ ਸ਼ੁਰੂ ਕੀਤੇ ਭੇਤ ਪਾਪ ਦੂਰ ਕਰਨ ਲਈ ਜਾਤ ਪਾਤ ਉੱਪਰ ਉੱਠ ਕੇ ਜੀ ਇਸੇ ਤਰ੍ਹਾਂ ਬੱਚਿਆਂ ਨੂੰ ਚੰਗੀ ਸਿਹਤ ਦੇਣ ਦੇ ਲਈ ਚੰਗਾ ਉਹਨਾਂ ਦਾ ਮੋਲ ਕਰੈਕਟਰ ਉੱਚਾ ਕਰਨ ਦੇ ਲਈ 올라운드 ਡਵੈਲਪਮੈਂਟ ਪਰਸਨੈਲਟੀ ਦੀ ਕਰਨ ਦੇ ਲਈ ਫਿਰ ਖੇਡਾਂ ਦਾ ਜਿਹੜਾ ਕਨਸੈਪਟ ਆ ਸਾਹਮਣੇ ਆਇਆ ਸਾਹਮਣੇ ਠੀਕ ਹੈ ਜੀ ਟੂਰਨਾਮੈਂਟ ਅਦਰਵਾਜ਼ੀ ਉੱਤੇ ਪਹਿਲਾਂ ਚੱਲਦੇ ਸੀਗੇ ਜਦੋਂ ਫਿਰ ਗੁਰਦਾਰਾ ਸਾਹਿਬ ਬਣ ਗਿਆ ਇੱਥੇ ਗਰਾਊਂਡ ਵਧੀਆ ਬਣ ਗਿਆ ਫਿਰ ਸਾਰਿਆਂ ਦਾ ਮੁੱਖ ਕੇਂਦਰੀ ਬਣ ਗਿਆ ਕਿ ਟੂਰਨਾਮੈਂਟ ਉੱਤੇ ਕਰਾਇਆ ਜਾਵੇ ਕਿਉਂਕਿ ਵੀਕਐਂਡ ਤੇ ਲੋਕ ਆਉਂਦੇ ਸੀਗੇ ਦੇਖਣ ਵਾਲੇ ਦਰਸ਼ਕ ਬਹੁਤ ਆਉਂਦੇ ਸੀਗੇ ਬੈਠਣ ਨੂੰ ਥਾਂ ਨਹੀਂ ਸੀ ਮਿਲਦਾ ਸੋ ਇਹ ਫਿਰ ਜਿਹੜਾ ਪ੍ਰੋਜੈਕਟ ਹੈ ਵੱਧ ਆ ਗਿਆ ਤੇ ਫਿਰ ਇਹਦੇ ਨਾਲ ਹੁਣ ਜਿੱਦਾਂ ਸਾਡੇ ਜਿਹੜੇ ਮੁੱਖ ਪ੍ਰਬੰਧਕ ਸੇ ਸਰ ਜਲਜੀਤ ਸਿੰਘ ਲਾਲੀ ਸਾਹਿਬ ਜਾਹੋਰ ਜਿਹੜੇ ਸੀਗੇ ਇਹਨਾਂ ਨੇ ਸੋਚਿਆ ਕਿ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਫਿਰ ਵਿਚਾਰ ਹੋਏ ਕਿ ਗਰਾਊਂਡਾਂ ਦਾ ਸੁਧਾਰ ਕੀਤਾ ਜਾਵੇ ਜੀ ਪਹਿਲਾਂ ਆਪਣੇ ਲੈਵਲ ਤੇ ਗਰਾਊਂਡ ਨੂੰ ਇੱਕ ਵਾਰੀ ਲੈਵਲ ਕਰਨ ਦੀ ਕੋਸ਼ਿਸ਼ ਕੀਤੀ ਗਈ ਮਿੱਟੀ ਸੀ ਟੀਕਾ ਲਾਇਆ ਪਰ ਉਹ ਗੱਲ ਨਹੀਂ ਬਣੀ ਹਾਂ ਦੇਸੀ ਜਗਾੜ ਲਾਇਆ ਪਹਿਲਾਂ ਪੂਰਾ ਲਾਇਆ ਤੇ ਫਿਰ ਹੁਣ ਉਹ ਫਿਰ ਜਗਾੜ ਠੀਕ ਨਹੀਂ ਆਇਆ ਫਿਰ ਫਿਰ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਦੇਖੋ ਕਿੰਨੇ ਡੋਨੇਟਰ ਇਕੱਠੇ ਹੋ ਗਏ ਸਾਰਿਆਂ ਨੇ ਮਤਲਬ ਇੱਕੜਾ ਕੇ ਸਾਰਾ ਗੁਰਦੁਆਰੇ ਨੇ ਲਾਇਆ ਲੋਕਾਂ ਦੀ ਡੋਨੇਸ਼ਨ ਦੇ ਨਾਲ ਮਤਲਬ 50 ਸਿਕਾ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਸ਼ੌਕ ਸੀਗਾ ਕਿ ਸਾਡੇ ਬੱਚੇ ਚੰਗੇ ਬਣਨਗੇ ਸੋ ਉਸ ਲੈਵਲ ਦੇ ਸਟੇਟ ਲੈਵਲ ਦੇ ਪਲੇਅਰ ਵੀ ਤਿਆਰ ਹੋਏ ਜਿੱਦਾਂ ਇਹ ਬੀਬੀ ਜੀ ਦਾ ਬੇਟਾ ਭਵਿੰਦਰ ਸੀਗਾ ਕ੍ਰਿਕਟ ਦੇ ਵਿੱਚ ਉੱਪਰ ਲੈਵਲ ਤੇ ਗਿਆ ਫੁੱਟਬਾਲ ਦੇ ਵਿੱਚ ਇੱਕ ਮੁੰਡਾ ਇੱਥੋਂ ਇਸ ਵੇਲੇ ਜਰਮਨ ਦੀ ਟੀਮ ਦੇ ਵਿੱਚ ਖੇਡ ਰਿਹਾ ਸੋ ਮਤਲਬ ਇਹ ਮਤਲਬ ਇਹ ਪ੍ਰੋਡਕਟ ਆ ਨਾ ਮਤਲਬ ਛੋਟੇ ਬੱਚਿਆਂ ਨੇ ਇੱਥੇ ਏਜ ਗਰੁੱਪ ਦੇ ਨਾਲ ਜਿਦਾ 6 ਤੋਂ 8 ਸਾਲ 8 ਤੋਂ 10 ਸਾਲ 12 ਇਦਾਂ ਛੋਟੇ ਛੋਟੇ ਕਲੱਬ ਬਣੇ ਬੱਚਿਆਂ ਦੇ ਉਹ ਖੇਡਦੇ ਆ ਸੋ ਇਹ ਮੈਂ ਸਮਝਦਾ ਚੰਗੀਆਂ ਆਦਤਾਂ ਦੇ ਲਈ ਤੇ ਚੰਗੇ ਜੀਵਨ ਦੇ ਲਈ ਬਹੁਤ ਜ਼ਰੂਰੀ ਸੀ ਖੇਡਣਾ ਨਹੀਂ ਬਿਲਕੁਲ ਠੀਕ ਹੈ ਜੀ ਮੈਨੂੰ ਹੋਰ ਜ਼ਰੂਰ ਦੱਸਿਓ ਕਿ ਆਮ ਤੌਰ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਲਾਇਬ੍ਰੇਰੀ ਦਾ ਕਨਸੈਪਟ ਵੀ ਮੈਂ ਕਈ ਦੇਸ਼ਾਂ ਦੇ ਵਿੱਚ ਦੇਖਿਆ ਆਪਣੇ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਹੈ ਜੀ ਸਾਡੇ ਲਾਇਬ੍ਰੇਰੀ ਹੈ ਜੀ ਇਹ ਸਾਈਡ ਦੇ ਬੈਕ ਤੇ ਪਿੱਛੇ ਤੇ ਉੱਥੇ ਤੁਹਾਨੂੰ ਧਾਰਮਿਕ ਲਿਟਰੇਚਰ ਜਾਂ ਸਭ ਤਰ੍ਹਾਂ ਦੀਆਂ ਕਿਤਾਬਾਂ ਮਿਲਦੀਆਂ ਤੇ ਕਮੇਟੀ ਵੱਲੋਂ ਉੱਥੇ ਇੱਕ ਬੰਦਾ ਡਿਊਟੀ ਤੇ ਹੁੰਦਾ ਰਹੇ ਵੇਲੇ ਉਹ ਤੁਹਾਨੂੰ ਰਜਿਸਟਰਿਆ ਤੁਸੀਂ ਕੋਈ ਵੀ ਈਸ਼ੂ ਕਰਾ ਸਕਦੇ ਆ ਹਾਂ ਲਿਜਾ ਕਰ ਲਿਜਾ ਸਕਦੇ ਆ ਤੇ ਉਹ ਪੜ ਕੇ ਤੁਸੀਂ ਵਾਪਸ ਕਰ ਸਕਦੇ ਆ ਤੇ ਉੱਥੇ ਵਿੱਚ ਅੰਦਰ ਮੇਜ਼ ਲੱਗਾ ਕੁਰਸੀਆਂ ਲੱਗੀਆਂ ਉੱਥੇ ਬੈਠ ਕੇ ਪੜ ਸਕਦੇ ਆ ਤੇ ਹਾਂ ਸਟੱਡੀ ਰੂਮ ਵੀ ਹੈ ਉਹ ਤੇ ਤੇ ਮਤਲਬ ਇਸ ਪੱਖੇ ਵੀ ਮਤਲਬ ਇਹ ਪੱਖ ਵੀ ਸਾਡਾ ਕੱਚਾ ਨਹੀਂ ਹੈ ਕਿੰਨੇ ਦਿਨੋਂ ਲਾਇਬ੍ਰੇਰੀ ਖੁੱਲਦੀ ਹੈ ਵੀਕਐਂਡ ਤੇ ਖੁੱਲਦੀ ਹੈ 20 ਘੰਟੇ ਹੁੰਦੇ ਹਾਂ ਜੀ ਕਿਉਂਕਿ ਸਾਰੇ ਕਮਾਕਾਰਾਂ ਵਾਲੇ ਆ ਇਹ ਹੈ ਵਲੰਟਰੀ ਸੇਵਾ ਉਹ ਸੈਟਰਡੇ ਨੂੰ ਵੀਲੇ ਹੁੰਦੇ ਆ ਜਾਂ ਸੰਡੇ ਨੂੰ ਵੀਲੇ ਹੁੰਦੇ ਆ ਦੋ ਦਿਨ ਵੀ ਖੁੱਲ ਜਾਂਦੀ ਸੰਡੇ ਨੂੰ ਵੀ ਬੁੱਕਸ ਤਾਂ ਮਿਲ ਸਕਦੀਆਂ ਕੋਈ ਅਸੀਂ ਗੱਲ ਨਹੀਂ ਹੈ ਠੀਕ ਹੈ ਜੀ ਇੱਕ ਇਹ ਹੋਰ ਮੈਨੂੰ ਦੱਸਿਓ ਕਿ ਆਮ ਤੌਰ ਤੇ ਨਾ ਬੜਾ ਇੱਕ ਅਜੀਬ ਤਰੀਕੇ ਦਾ ਵਰਤਾਰਾ ਹੁੰਦਾ ਕਿ ਬੀਬੀਆਂ ਨੂੰ ਪ੍ਰਤੀਨਿਧਤਾ ਘੱਟ ਮਿਲਦੀ ਹੈ ਜਿਸ ਦਿਨ ਸਮਾਗਮ ਹੁੰਦਾ ਉਦੋਂ ਹੁੰਦਾ ਆਪਣੀ ਕਮੇਟੀ ਦੇ ਵਿੱਚ ਜਾਨੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਚੱਲਦਾ ਉਹਦੇ ਵਿੱਚ ਕਿਤੇ ਹੈ ਕੋਈ ਬੀਬੀਆਂ ਦਾ ਨਾਂ ਤਾਂ ਸਾਡੇ ਤਾਂ ਜੀ ਬੀਬੀਆਂ ਤੋਂ ਬਗੈਰ ਸਾਡਾ ਕੰਮ ਹੀ ਨਹੀਂ ਚੱਲਦਾ ਜੇ ਅਸਲ ਵਿੱਚ ਦੇਖਿਆ ਜਾਵੇ ਇਹ ਗੁਰੂ ਘਰ ਚੱਲਦਾ ਬੀਬੀਆਂ ਦੇ ਸਿਰ ਤੇ ਆ ਜਿੰਨੀ ਲੰਗਰ ਦੀ ਸੇਵਾ ਇੱਥੇ ਹਜ਼ਾਰਾਂ ਦੀ ਗੰਦੀ ਵਿੱਚ ਲੋਕ ਆਉਂਦੇ ਆ ਇਹ ਜਿਹੜੀਆਂ ਵਲੰਟਰੀ ਬੀਬੀ ਜਸਪੀਰ ਕੌਰ ਦਾ ਜਿਹਾ ਜਿਹੜਾ ਕਿੰਨੀਆਂ ਬੀਬੀਆਂ ਸਵੇਰ ਤੋਂ ਲੰਗਰ ਸ਼ਾਮ ਤੱਕ ਮਤਲਬ ਕੋਈ ਦਣਿਆਂ ਦੀ ਤੇ ਅਦਰਵਾਇਜ਼ ਹੋਰ ਸੇਵਾ ਵਰਤਨਾ ਦੀ ਸੇਵਾ ਔਰ ਸੋਸ਼ਲ ਸੇਵਾ ਵੀ ਕਿਤੇ ਜਾਣਾ ਆਣਾ ਪਵੇ ਲੋਕਾਂ ਦੇ ਘਰਾਂ ਦੇ ਝਗੜੇ ਬੀਬੀਆਂ ਸੱਸਾਂ ਨੂੰ ਉਹਦੇ ਮਕਾਨਿਆਂ ਦਾ ਬੀਬੀਆਂ ਮਕਾ ਦਨੀਆਂ ਇਸ ਕਰਕੇ ਵੀ ਇਹਨਾਂ ਦੀ ਪ੍ਰਤੀਨਿਧਤਾ ਦਾ ਕਮਲਸਰੀ ਆ ਨਾਲੇ ਧਰਮ ਨੇ ਬਰਾਬਰ ਰੱਖਿਆ ਕੋਈ ਬਹੁਤ ਹੈ ਜੀ ਸਾਰੀਆਂ ਬੀਬੀਆਂ ਹੁਣ ਤਾਂ ਕਮੇਟੀ ਨਾਲ ਗੋਲਿਆ ਜੀ ਕਮੇਟੀ ਨਾਲ ਸੰਭਾਲ ਦਿੱਤੀਆਂ ਜੀ ਤੇ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਮਤ ਕਾਮ ਸੇਵਾ ਜੀ ਮੈਂ ਦੁਬਾਰਾ ਤੁਹਾਡੇ ਕੋਲ ਆਣਾ ਸੋ ਅਸੀਂ ਹੁਣ ਬੀਬੀ ਜਸਵੀਰ ਕੌਰ ਹੋਰਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ ਪਰ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਕਈ ਚੀਜ਼ਾਂ ਨੇ ਦੁਨੀਆ ਭਰ ਦੇ ਵਿੱਚ ਗੁਰੂ ਘਰਾਂ ਦੀ ਸਥਾਪਨਾ ਹੋਈ ਸੀ ਹੋ ਰਹੀ ਹੈ ਤੇ ਹੋਣੀ ਹੈ ਪਰ ਕੁਝ ਚੀਜ਼ਾਂ ਜਿਹੜੀਆਂ ਕਿ ਵਿਲੱਖਣ ਨੇ ਉਹ ਕਨਸੈਪਟ ਕਾਪੀ ਪੇਸਟ ਕਰ ਲੈਣੇ ਚਾਹੀਦੇ ਆ ਬਹੁਤ ਜ਼ਰੂਰੀ ਨੇ ਕਿਉਂਕਿ ਅਸੀਂ ਖੇਡਾਂ ਤੋਂ ਵੀ ਪਰੇ ਨਹੀਂ ਹੋ ਸਕਦੇ ਪੰਜਾਬੀ ਭਾਸ਼ਾ ਨੂੰ ਬਚਾਉਣਾ ਕਿਉਂਕਿ ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ ਸੀ ਸ਼ਬਦ ਨਾਲ ਤਾਂ ਜੋੜਾਂਗੇ ਜੇ ਭਾਸ਼ਾ ਹੁੰਦੀ ਹੈ ਭਾਸ਼ਾ ਤਾਂ ਹੋਣੀ ਹੈ ਜੇ ਭਾਸ਼ਾ ਸਿੱਖਣ ਸਿਖਾਉਣ ਦਾ ਪ੍ਰਬੰਧ ਹੋਏਗਾ ਤੇ ਉਹਦੇ ਲਈ ਗੁਰੂ ਘਰ ਤੋਂ ਵਧੀਆ ਥਾਂ ਜਿਹੜੀ ਉਹ ਕਿਹੜੀ ਹੋ ਸਕਦੀ ਹੈ ਹੁਣ ਬੀਬੀ ਜੀ ਨਾਲ ਗੱਲ ਕਰਦੇ ਹਾਂ ਬੀਬੀ ਜਸਵੀਰ ਕੌਰ ਜੀ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਭਾਈ ਸਾਹਿਬ ਹੋਰਾਂ ਨੇ ਤਾਂ ਦੱਸਿਆ ਕਿ ਬੀਬੀਆਂ ਦੀ ਪ੍ਰਤੀਨਿਧਤਾ ਕਮੇਟੀ ਦੇ ਵਿੱਚ ਬਹੁਤ ਹੈ ਪਰ ਕਿਉਂਕਿ ਗੁਰੂ ਘਰ ਚ ਬੈਠੇ ਆ ਮੈਂ ਸਹੀ ਅਰਥਾਂ ਚ ਪੁੱਛਣਾ ਚਾਹੁੰਦਾ ਕਿ ਜੋ ਕਹਿ ਰਹੇ ਨੇ ਠੀਕ ਕਹਿ ਰਹੇ ਨੇ ਹਾਂਜੀ ਹਾਂਜੀ ਬਹੁਤ ਬੀਬੀਆਂ ਜਿਹੜੀਆਂ ਜੀ ਸਾਡੀ ਜਿਹੜੀਆਂ ਲੰਗਰ ਆਈਆਂ ਆ ਨਾ ਉਹ 10 15 ਜਾਣੀਆਂ ਆ ਜੀ ਠੀਕ ਹੈ ਜੀ ਤੇ ਜਦੋਂ ਦਾ ਹੁਣ ਗੁਰੂ ਘਰ ਬਣਿਆ ਆ ਤੇ ਅਖਲ 18 ਸਾਲ ਹੋ ਹੀ ਗਏ ਆ ਜੀ ਤੇ ਉਦੋਂ ਦੀਆਂ ਹੀ ਉਹ ਬੀਬੀਆਂ ਜਿਹੜੀਆਂ ਨਾਲ ਜੁੜੀਆਂ ਹੋਈਆਂ ਆ ਲੰਗਰ ਬਹੁਤ ਇਹ ਵੀ ਸਤਕਾਰ ਕਰਦੇ ਆ ਜੀ ਤੇ ਬਹੁਤ ਜ਼ਿਆਦੀ ਕਮੇਟੀ ਵਧੀਆ ਅਸੀਂ ਸਾਰੇ ਇਕੱਠੇ ਹੋ ਕੇ ਮਤਲਬ ਉਸ ਹਾਵਨਾ ਚੱਲਦੇ ਆ ਇੱਕ ਦੂਜੇ ਦੀ ਸਲਾਹ ਲੈ ਕੇ ਹਾਂਜੀ ਬੀਬੀਆਂ ਨੂੰ ਪਹਿਲਾਂ ਰੱਖਦੇ ਪਹਿਲ ਦਿੰਦੇ ਹਾਂ ਜੀ ਪਹਿਲ ਦਿੰਦੇ ਪੁੱਛਦੇ ਗਿਛ ਦੇ ਕੋਈ ਡਿਸੀਜਨ ਲੈਣਾ ਹੋਵੇ ਕੋਈ ਸਲਾਹ ਕਰਨੀ ਹੋਵੇ ਹਰ ਇੱਕ ਕੰਮ ਦੇ ਵਿੱਚ ਲੈਂਦੇ ਸਲਾਹ ਜੀ ਸਾਜੀ ਹਾਂਜੀ ਬਹੁਤ ਵਧੀਆ ਜੀ ਇੱਕ ਬੜੀ ਵੱਡੀ ਸਮੱਸਿਆ ਹੁੰਦੀ ਆ ਕਿ ਜਦੋਂ ਗੁਰੂ ਘਰ ਦੇ ਵਿੱਚ ਆਪਾਂ ਆਉਂਨੇ ਆ ਕਿਉਂਕਿ ਵੀਕਐਂਡ ਦੇ ਉੱਤੇ ਆਮ ਤੌਰ ਤੇ ਛੁੱਟੀ ਹੁੰਦੀ ਆ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਤਾਂ ਉਹ ਦਰਬਾਰ ਹਾਲ ਦੇ ਵਿੱਚ ਫਿਰ ਕਈ ਵਾਰੀ ਬੱਚੇ ਰੋਂਦੇ ਵੀ ਆ ਬੱਚੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਕਿ ਸਾਨੂੰ ਪਾਰਕ ਚ ਲੈ ਕੇ ਜਾਓ ਉਹਦਾ ਵੀ ਕੋਈ ਪ੍ਰਬੰਧ ਹੈਗਾ ਕਿ ਬੱਚੇ ਚੰਗੇ ਤਰੀਕੇ ਦੇ ਨਾਲ ਚਾਉਣ ਕਿ ਪਈ ਨਹੀਂ ਅਸੀਂ ਉੱਥੇ ਜਾਣਾ ਹਾਂਜੀ ਇਹਨਾਂ ਨੇ ਇਧਰ ਪਲੇ ਗਰਾਊਂਡ ਅਸੀਂ ਬਣਾਈ ਹੋਈ ਹੈ ਬੱਚਿਆਂ ਦੀ ਜੇ ਉਹ ਜਾਦੇ ਕਾਲੇ ਪੈਂਦੇ ਤਾਂ ਆਪੇ ਹੀ ਕਹਿ ਦਿੰਦੇ ਹਾਂ ਜੀ ਆਪਦੀਆਂ ਮਤਲਬ ਪੇਰੈਂਟਸ ਨੂੰ ਵੀ ਅਸੀਂ ਗੁਰੂ ਘਰ ਟਾਕਾ ਨਹੀਂ ਨਹੀਂ ਗੁਰੂ ਘਰ ਜਾਣਾ ਹੈ ਇਹਨਾਂ ਨੇ ਜੀ ਹੁਣ ਟ੍ਰੇਨ ਲਿਆਂਦੀ ਹੋਈ ਹੈ ਬੱਚਿਆਂ ਦੀ ਉਹ ਜਿਹੜਾ ਸੇਵਾਦਾਰ ਹੈ ਉਹ ਰੋਜ਼ ਹਰ ਸੈਟਰਡੇ ਉਹਨਾਂ ਨੂੰ ਮਤਲਬ ਕਮਾਉਂਦਾ ਉਹਦੇ ਵਿੱਚ ਹਾਂਜੀ ਫਿਰ ਉਦਾਂ ਵੀ ਇਸ ਸਾਲ ਦੇ ਵਿੱਚ 10 ਅਕਤੂਬਰ ਚ ਹੁੰਦਾ ਆ ਚੈਲਿੰਗ ਡੇ ਬਣਾਉਂਦੇ ਆ ਇਹ ਲੈ ਕੇ ਜਾਂਦੇ ਬਾਅਦ ਉਹਨਾਂ ਨੂੰ ਫਿਲਮ ਵੀ ਇੱਥੇ ਦਿਖਾਲਦੇ ਆ ਧਾਰਮਿਕ ਸਾਰੇ ਪ੍ਰਬੰਧ ਮਹਾਰਾਜ ਨੇ ਬਹੁਤ ਵਧੀਆ ਚੱਲ ਰਹੇ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਆਮ ਬੀਬੀਆਂ ਦੇ ਵਿੱਚ ਕਿਉਂਕਿ 10 10 12 12 ਘੰਟੇ ਵੀ ਆਪਾਂ ਕੰਮ ਕਰ ਲੈਂਦਾ ਘਰਾਂ ਦੀਆਂ ਕਸ਼ਤਾਂ ਦੇਣੀਆਂ ਹੁੰਦੀਆਂ ਹੁਣ ਤਾਂ ਨਿਊਜ਼ੀਲੈਂਡ ਮਹਿੰਗਾ ਵੀ ਬਹੁਤ ਹੋ ਗਿਆ ਤਾਂ ਇਹਦੇ باوجود ਵੀ ਉਤਸ਼ਾਹ ਹੈਗਾ ਸੰਗਤ ਖਾਸ ਤੌਰ ਤੇ ਬੀਬੀਆਂ ਜਿਹੜੀ ਯੰਗ ਜਨਰੇਸ਼ਨ ਹੁਣ ਆ ਰਹੀ ਹੈ ਉਹ ਪਹੁੰਚ ਰਹੇ ਨੇ ਜੀ ਹਾਂਜੀ ਹਾਂਜੀ ਉਹ ਇਦਾਂ ਐ ਜੀ ਅਸੀਂ ਉਹਨਾਂ ਨੂੰ ਦੱਸੀਦਾ ਆ ਉਦਾਂ ਸਾਡੇ ਜਿਹੜੀਆਂ ਇਹ ਬੀਬੀਆਂ ਆ ਇਹਨਾਂ ਨੂੰ ਕੋਈ ਵੀ ਫੰਕਸ਼ਨ ਹੋਵੇ ਇਹਨਾਂ ਨੂੰ ਮੈਂ ਪਹਿਲਾਂ ਦੱਸ ਦੇਣਾ ਵੀ ਭਾਈ ਆਪਾਂ 2 ਵਜੇ ਸਟਾਰਟ ਕਰਨਾ 3 ਵਜੇ ਕਰਨਾ 4 ਵਜੇ ਤੁਸੀਂ ਆਉਣਾ ਹੀ ਆਉਣਾ ਹੈ ਹਾਂਜੀ ਉਹਨਾਂ ਨੇ ਆਉਣਾ ਹੈ ਉਦਾਂ ਹਰ ਸੈਚਰਡੇ ਅਸੀਂ 5 ਵਜੇ ਸਵੇਰ ਨੂੰ ਲੰਗਰ ਸ਼ੁਰੂ ਕਰੀਦਾ 10 ਵਜੇ ਤੱਕ ਪਕਾਈਦਾ ਛਾ ਮਾ ਨੂੰ ਵੀ ਇਦਾਂ ਹੀ ਆ ਜਿਹੜੀਆਂ ਬੀਬੀਆਂ ਬੱਚੇ ਲੈ ਕੇ ਆਉਂਦੀਆਂ ਉਹ ਵੀ ਪਕਾ ਦਿੰਦੀਆਂ ਜਿਹੜਾ ਹਰ ਸੰਡੇ ਸਾਡੇ ਇੱਕ ਕਵਾਂਟਲ ਤੋਂ ਇੱਕ ਕਵਾਂਟਲ 20 ਕਿਲੋ ਪਕਦਾ अच्छा लंगर कितने दिन चलता है जी हफ्ते जी सत्ते दिन सत्ते दिन 24 घंटे हां जी ठीक है जी ਜਿਹੜਾ ਮੱਦੀ ਆ ਆਮ ਦਿਨਾਂ ਦੇ ਵਿੱਚ ਕਿੰਨਾ ਕਿ ਲੰਗਰ ਪੱਕਦਾ ਤੇ ਵੀਕਐਂਡ ਦੇ ਉੱਤੇ ਦੁਬਾਰਾ ਦੱਸਿਓ ਆਮ ਦਿਨਾਂ ਦੇ ਵਿੱਚ ਪੱਕਦਾ ਜੀ 25 ਤੋਂ 30 ਠੀਕ ਹੈ ਜੀ ਹਾਂਜੀ ਦੋ ਦੋ ਟਾਈਮ 25 ਤੋਂ 30 ਤੋਂ ਪਾਓ ਹਾਂ 25 ਮਤਲਬ ਕਿਲੋ ਹਾਂਜੀ ਠੀਕ ਹੈ ਜੀ ਆਟਾ ਹਾਂ ਹਾਂਜੀ ਠੀਕ ਹੈ ਜੀ ਮਤਲਬ 15 ਕਿਲੋ ਸਵੇਰੇ 15 ਕਿਲੋ ਸ਼ਾਮ ਨੂੰ ਜੇ ਕਿਸੇ ਦਾ ਪ੍ਰੋਗਰਾਮ ਹੋਵੇ ਫਿਰ 40 ਤਾਂ ਵੀ ਪਹੁੰਚ ਜਾਂਦਾ ਹਾਂਜੀ ਤੇ ਵੀਕਐਂਡ ਤੇ ਜੀ ਵੀਕਐਂਡ ਤੇ ਜੀ ਇੱਕ ਸੈਚਰਡੇ ਪਕਾਈ ਦਾ ਜ 70 70 ਕਿਲੋ ਹਾਂਜੀ ਸਵੇਰੇ ਮਾਰਨਿੰਗ ਟਾਈਮ ਠੀਕ ਹੈ ਜੀ ਤੇ ਉਹ ਸਾਰਾ ਦਿਨ ਚੱਲਣਾ ਸ਼ਾਮਾਂ ਨੂੰ ਫੇਪਕਣੀ ਆ ਸ਼ਾਮਾਂ ਨੂੰ ਹਾਂ ਤੇ ਜਿਹੜਾ ਸੰਡੇ ਆ ਉਹ ਜੀ 1 ਕੁਆਂਟਲ ਤੇ 20 ਕਿਲੋ ਪੱਗਣਾ ਪੱਕਾ ਆ ਜੀ ਪੱਕਾ ਹੀ ਆ ਹਾਂਜੀ ਪੱਕਾ ਪੱਕਾ ਉਹ ਵੀ ਸਾਰੇ ਸੇਵਾ ਹੀ ਕਰਦੀਆਂ ਬੀਬੀ ਸਾਰੀ ਸੇਵਾ ਕਰਦੀਆਂ ਸਾਰੀਆਂ ਜਿਹੜੇ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਜੀ ਐਤਵਾਰ ਦੀ ਜੇ ਆਪਾਂ ਗੱਲ ਕਰਨੀ ਜੇ 5 ਵਜੇ ਇੱਥੇ ਆ ਜੰਨੇ ਆ ਅਸੀਂ ਸੋਹਣੀ ਸਾਹਿਬ ਪਹਿਲਾਂ ਕਰੀ ਦਾ ਠੀਕ ਹੈ ਜੀ ਸੋਹਣੀ ਸਾਹਿਬ 6 ਵਜੇ ਮਤਲਬ 6:30 ਮਤਲਬ ਅਰਦਾਸ ਹੁੰਦੀ ਆ 7 ਵਜੇ ਅਸੀਂ ਚਾਹ ਪਾਣੀ ਸ਼ਾਕੀ ਫਿਲਾਪੀ ਹਾਂਜੀ ਤਿੰਨ ਘੰਟੇ ਫਿਰ ਲੰਗਰ ਪੱਤਣਾ ਹਾਂਜੀ ਹਾਂਜੀ ਸਾਰੇ ਸੇਵਾ ਹੀ ਕਰਦੇ ਆ ਜੀ ਸ਼ਾਮ ਨੂੰ ਜੀ ਸ਼ਾਮ ਨੂੰ ਜੀ ਮਤਲਬ ਜੀ ਕਿਸੇ ਦਾ ਪ੍ਰੋਗਰਾਮ ਆ ਤੇ 5 ਵਜੇ ਸ਼ੁਰੂ ਕਰਦੇ ਆ ਨਹੀਂ ਤਾਂ ਫਿਰ ਮਤਲਬ ਆਪ ਦੇ ਹਿਸਾਬ ਨਾਲ ਕਿੰਨਾ ਚਿਰ ਹੋ ਗਿਆ ਨਿਊਜ਼ੀਲੈਂਡ ਆਇਆ ਨੂੰ ਮੈਨੂੰ ਜੀ ਹੋ ਗਿਆ ਮੈਂ 98 ਚਾਈ ਸੀਗੀ 24 ਸਾਲ ਹੋਈ ਗਏ 24 ਸਾਲ ਹੋ ਗਏ ਠੀਕ ਹੈ ਜੀ ਤੇ 24 ਸਾਲਾਂ ਦੇ ਵਿੱਚ ਨਿਊਜ਼ੀਲੈਂਡ ਬਦਲਦਾ ਦੇਖਿਆ ਹਾਂਜੀ ਬਹੁਤ ਵਧੀਆ ਮੈਂ ਤਾਂ ਪਹਿਲਾਂ ਜਦ ਗੁਰੂ ਘਰ ਉਧਰਲਾ ਸੀਗਾ ਉਹ ਛੋਟਾ ਸੀਗਾ ਅਸੀਂ ਉਦੋਂ ਦੇ ਗੁਰੂ ਘਰ ਨਾਲ ਇਸ ਨਾਲ ਜੁੜੇ ਹੋਏ ਆ ਠੀਕ ਹੈ ਤੇ ਹੁਣ ਇਧਰ ਤਾਂ ਕੋਈ ਮਤਲਬ ਕਹਿ ਹੀ ਨਹੀਂ ਸਕਦੇ ਇੰਨਾ ਵਧੀਆ ਬਹੁਤ ਜੀ ਬਹੁਤ ਸੰਗਤ ਬਹੁਤ ਜਿਆਦਾ ਪ੍ਰੇਮ ਕਰਦੀ ਆ ਪ੍ਰੇਮ ਕਰਦੀ ਹਾਂ ਜੀ ਹਰ ਇੱਕ ਪ੍ਰੇਮ ਨਾਲ ਤੁਰਦੇ ਆ ਜੀ ਪ੍ਰੇਮ ਨਾਲ ਤੁਰਦੇ ਹਾਂ ਜੀ ਬਹੁਤ ਚੰਗਾ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਭਾਈ ਸਾਹਿਬ ਭਾਈ ਜੀ ਠੀਕ ਫਿਰ ਜੀ ਭਾਈ ਸਾਹਿਬ ਤੁਸੀਂ ਵੀ ਇੱਥੇ ਕੋ ਨਵਾ ਜਾਓ ਥੋੜੀ ਜਿਹੀ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਤੇ ਕਿਦਾਂ ਚੱਲਦਾ ਜੀ ਗੁਰੂ ਘਰ ਦੇ ਵਿੱਚ ਸਾਰੀ ਸੇਵਾ ਦਾ ਕੰਮ ਕਿਉਂਕਿ ਮੈਂ ਬਾਹਰ ਦੇਖ ਰਿਹਾ ਸੀ ਕਿ ਸਾਫ ਸਫਾਈ ਦਾ ਕੋ ਅੰਤ ਨਹੀਂ ਸੀ ਨਾ ਕਿ ਬਹੁਤ ਵਧੀਆ ਲੈਂਡਸਕੇਪਿੰਗ ਹੋਈ ਬੂਟੇ ਤਕਰੀਬਨ ਜਿੱਦਾਂ ਟੀਮ ਵਰਕ ਕਰਦੇ ਆ ਜੀ ਇਹਦੀ ਕਿਸੇ ਦੀ ਬੰਦੇ ਦੀ ਜਿਹੜੇ ਕੰਮ ਆਲਾ ਹਨ ਉਹਦੀ ਡਿਊਟੀ ਉਸ ਕੰਮ ਦੀ ਆ ਜਿੱਦਾਂ ਜਿੱਦਾਂ ਹੁਣ ਗਰਾਉਂਡਾਂ ਦੀ ਲੋਕ ਆਫਟਰ ਆ ਉਹ ਸਾਰੀ ਅਸੀਂ ਕਰੀਦੀ ਆ ਅਸੀਂ ਜਿੱਦਾਂ ਸ਼ੁਰੂ ਤੋਂ ਬਚਪਨ ਤੋਂ ਕਬੱਡੀ ਨਾਲ ਜੁੜੇ ਹੋ ਆ ਜੀ ਤੇ ਅਸੀਂ ਕਬੱਡੀ ਦੀ ਗਰਾਉਂਡ ਜਿਹੜੀਆਂ ਗਰਾਉਂਡਾਂ ਜਾਂ ਉਹਦੇ ਆਲੇ-ਦੁਆਲੇ ਫੂਟੇ ਆ ਉਹਨਾਂ ਦੀ ਲੋਕ ਆਫਟਰ ਕਰਨੀ ਜੇ ਕਿਤੇ ਇੱਥੇ ਕੰਮ ਦੀ ਅੰਦਰ ਲੋੜ ਪਵੇ ਅੰਦਰ ਆ ਜਾਈਦਾ ਤੇ ਇਦਾਂ ਹੀ ਲੋਕਡਾਊਨ ਚ ਵੀ ਇਦਾਂ ਟੀਮ ਵਰਕ ਕੀਤਾ ਹਾਂਜੀ ਤਕਰੀਬਨ ਸਾਡਾ ਵੱਡਾ ਕਾਫੀ ਗਰੁੱਪ ਹੈ ਜਿੱਥੇ ਸਾਡੇ ਬੰਦੇ ਸਾਰੇ ਕਹਿੰਦੇ ਆ ਮੇਨ ਬੰਦੇ ਸਾਡੇ ਵੀ ਆਪਾਂ ਆ ਕੰਮ ਕਰਨਾ ਸਾਰਿਆਂ ਦੀ ਸਲਾਹ ਨਾ ਹੁੰਦਾ ਆ ਹਾਂਜੀ ਕਮੇਟੀ ਵੀ ਇਦਾਂ ਹੀ ਆ ਕਦੀ ਵੀ ਸਾਡੇ ਇਦਾਂ ਨਹੀਂ ਵੀ ਕੋਈ ਕਮੇਟੀ ਚ ਰੋਲਾ ਪਿਆ ਜਿਹੜਾ ਬੰਦਾ ਸੇਵਾ ਕਰਦਾ ਜਿੰਨਾ ਟਾਈਮ ਲੌਂਗ ਟਰਮ ਸੇਵਾ ਕਰਦਾ ਉਹ ਬੰਦੇ ਨੂੰ ਨਹੀਂ ਪਤਾ ਹੁੰਦਾ ਕਮੇਟੀ ਨੂੰ ਆਪ ਹੀ ਡਿਸਾਈਡ ਕਰ ਦਦੇ ਬਈ ਆਇਤ ਕੀ ਇਹਨਾਂ ਨੂੰ ਪ੍ਰਧਾਨ ਬਣਾਉਣਾ ਜੇਦਾ ਇਹ ਆ ਸਾਡੇ ਹਾਂਜੀ ਇਹ ਨਹੀਂ ਵੀ ਪ੍ਰਧਾਨ ਆਇਆ ਤੇ ਚਲੇ ਗਿਆ ਇਦਾਂ ਨਹੀਂ ਕੰਮ ਕਰਨੇ ਵਾਲੇ ਨੂੰ ਪ੍ਰਧਾਨ ਠੀਕ ਹੈ ਜੀ ਹਾਂਜੀ ਇਦਾਂ ਹੀ ਹਰੇਕ ਫੀਲਡ 'ਚ ਇਦਾਂ ਹੀ ਹਾਂਜੀ ਸਾਡੇ ਜਦੋਂ ਇਹ ਆਂਟੀ ਹੋਣੀਆਂ ਇਹਨਾਂ ਦਾ ਬਹੁਤ ਸਾਡੇ ਨਾਲ ਯੋਗਦਾਨ ਹੈ ਇਹਨਾਂ ਦਾ ਤੁਹਾਨੂੰ ਦੱਸਿਓ ਗਰਾਊਂਡ ਦੀ ਤੁਸੀਂ ਗੱਲ ਕੀਤੀ ਆ ਲਾਲੀ ਭਾਜੀ ਦੱਸਦੇ ਸੀ ਕਿ ਭਾਈ ਬਹੁਤ سارے ਨੌਜਵਾਨ ਬੱਚੇ ਆਉਂਦੇ ਸ਼ਾਮ ਨੂੰ ਪੂਰੀ ਰੌਣਕ ਲੱਗੀ ਹੁੰਦੀ ਹੈ ਜੀ ਬਿਲਕੁਲ ਜੀ ਇਹ ਸਾਨੂੰ ਤਾਂ ਕਦੀ ਇੱਥੇ ਪਿੰਡ ਚ ਇੱਥੇ ਨਹੀਂ ਆਇਆ ਜਿੱਦਾਂ ਪਿੰਡ ਪਿੰਡ ਛਾਂ ਨੂੰ ਹੁਣ ਤਾਂ ਪਿੰਡਾਂ ਚ ਤਾਂ ਨਹੀਂ ਵੈਸੇ ਇੱਥੇ ਤਾਂ ਗਰਾਊਂਡਾਂ ਸਾਰੀਆਂ ਭਰੀਆਂ ਹੁੰਦੀਆਂ ਆ ਹਾਂਜੀ 24 ਡੇ ਚ ਵੀ 24 ਡੇ ਹਾਂਜੀ ਤਕਰੀਬਨ ਬੁਕਿੰਗ ਤੇ ਹੁੰਦੀਆਂ ਗਰਾਊਂਡਾਂ ਹਾਂਜੀ ਬਾਲੀਵਾਲ ਫੁੱਟਬਾਲ ਹਾਕੀ ਜਿੱਦਾਂ ਦਾ ਕੋਈ ਸੇ ਦਾ ਫੀਲਡ ਹੈ ਉਦਾਂ ਦਾ ਰੇ ਹਾਂਜੀ ਸ਼ੁਕਰੀਆ ਜੀ ਥੈਂਕ ਯੂ ਲਾਲੀਪਾ ਜੀ ਤੁਸੀਂ ਯਾਰ ਇੱਥੇ ਨੂੰ ਆ ਜਾਓ ਜੀ ਥੋੜੀ ਜਿਹਾ ਟੇਡੇ ਹੋ ਕੇ ਇੱਕ ਹਾਂਜੀ ਪਲੀਜ਼ ਜਿਵੇਂ ਮਾਤਾ ਜੀ ਨੂੰ ਦੱਸਿਆ ਨਾ ਕਿ 1 ਕਵਾਂਟਲ 20 ਕਿਲੋ ਆਟਾ ਹਾਂਜੀ ਇਹ ਕਲਾ ਆਟੇ ਦੀ ਗੱਲ ਕਰਦੇ ਆ ਇਹਦੇ ਨਾਲ 2-3 ਕੁਇੰਟਲ ਪਕੌੜੇ ਹੀ ਬਣ ਜਾਂਦੇ ਆ ਠੀਕ ਹੈ ਨਾ ਤੇ 2-3 2 ਕੁਇੰਟਲ ਖੀਰ ਵੀ ਬਣਦੀ ਆ ਨਾਲ ਦਹੀਂ ਵੀ ਬਣਦੇ ਨਾਲ ਸਬਜ਼ੀਆਂ ਦਾਲਾਂ ਜਿਹੜੀਆਂ ਬਣੀਆਂ ਉਹ ਬੱਕਰੀਆਂ ਇਹ ਸਿਰਫ ਆਟਾ ਆ ਨਾਲ ਪੀ ਇਹਨਾਂ ਨੇ ਕਿਹਾ ਸੀ ਆਟੇ ਦੇ ਹਿਸਾਬ ਨਾਲ ਹਿਸਾਬ ਨਾਲ ਲਓ ਹਾਂ ਨਾਲ ਨਾਲ ਚੌਲ ਵੀ ਬਣਦੇ ਆ ਤੇ ਨਾਲ ਪੀਜੇ ਵੀ ਬਣਦੇ ਆ ਹਾਂਜੀ ਤੇ ਕਈ ਵੀਕੈਂਡ ਤੇ ਸੈਚਰਡੇ ਬੱਚਿਆਂ ਲਈ 버ਗਰ ਪੀਜੇ ਇਹ ਸਾਰਾ ਇੰਤਜ਼ਾਮ ਹਾਂਜੀ ਅੱਛਾ ਮੇਰਾ ਇੱਕ ਹੋਰ ਚੀਜ਼ ਪੁੱਛਣੀ ਆ ਕਿਉਂਕਿ ਅਸੀਂ ਆਪਾਂ ਨਾਲ-ਨਾਲ ਸਾਰੀ ਵੀਡੀਓ ਜਿਹੜੀ ਐ ਸਕਰੀਨ ਦੇ ਇੱਕ ਪਾਸੇ ਦਿਖਾਈ ਜਾ ਰਹੀ ਐ ਕਿ ਕਿਵੇਂ ਗਰਾਊਂਡਾਂ ਜਿਹੜੀਆਂ ਕਈ ਬਾਤਾਂ ਨੇ ਆਮ ਤੌਰ ਤੇ ਕੀ ਹੁੰਦਾ ਕਿ ਚੀਜ਼ ਬਣ ਜਾਂਦੀ ਐ ਮੇਨਟੇਨੈਂਸ ਨਹੀਂ ਕਰ ਹੁੰਦੀ ਉਹਦੀ ਸਫਾਈ ਨਹੀਂ ਕਰ ਹੁੰਦੀ ਰੱਖ-ਰਖਾਵ ਉਹਦਾ ਕੀ ਪ੍ਰਬੰਧ ਐ ਜੀ ਉਹਦਾ ਪ੍ਰਬੰਧ ਜਿੱਦਾਂ ਸਾਨੂੰ ਸਾਡੇ ਜਿਹੜੇ ਵਲੰਟੀਅਰ ਆ ਸਾਬੀ ਭਾਜੀ ਬਲਿੰਨੇ ਵਾਲੇ ਜੀ ਇਹ ਟੀਮ ਐ ਜੀ ਸਾਰੀ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਨੇ ਸੇਵਾ ਕਰਨੀ ਐ ਸਪ੍ਰਿਆ ਕਰਨੀਆਂ ਵਲੰਟੀ ਜਿਵੇਂ ਗਰਾਊਂਡਾਂ ਚ ਸਾਫ ਸਫਾਈ ਕਰਨੀਆਂ ਜੀ ਕਈ ਵਾਰੀ ਇਹ ਹੋ ਜਾਂਦਾ ਜਿਹੜੀ ਸਾਡੀ ਹੈਗੀ ਟਰਫ ਵਾਲੀ ਗਰਾਊਂਡ ਹੈ ਫੀਫੇ ਵਾਲੀ ਜਿਹੜੀ ਆ ਉਹਦੇ ਵਿੱਚ ਕੋਈ ਗਲਤ ਪਸ਼ੂ ਪਾ ਕੇ ਚਲ ਗਿਆ ਉਹ ਡੈਮੇਜ ਹੋ ਜਾਂਦੀ ਆ ਉਹ ਚੀਜ਼ਾਂ ਦਾ ਖਿਆਲ ਰੱਖਣਾ ਕਿ ਮੇਕ ਸ਼ੋਰ ਕਰਨਾ ਕਿ ਪਲੇਅਰ ਜਿਹੜੇ ਆ ਉਹ ਸਟੱਡ ਵਾਲੇ ਬੂਟ ਨਾ ਪਾ ਕੇ ਜਾਣ ਤੇ ਉਹਦੇ ਨਾਲ ਨਾਲ ਜਿਹੜੇ ਫਰੂਟ ਟਰੀ ਲੱਗੇ ਆ ਸਾਈਡਾਂ ਦੇ ਸਾਰੇ ਗਰਾਊਂਡ ਤੇ ਟਰੀ ਲੱਗੇ ਆ ਉਹਨਾਂ ਦੀ ਮੇਨਟੇਨੈਂਸ ਸਾਫ ਸਫਾਈ ਉਹ ਸਾਰਾ ਵਲੰਟੀਅਰ ਕੰਮ ਆ ਹਾਂ ਸਾਰੇ ਸੇਵਾਦਾਰ ਰਖਵਾਂਦੇ ਹਾਂ ਜੀ ਅੱਛਾ ਇਹ ਕਿਉਂਕਿ ਬਾਰ-ਬਾਰ ਇਹ ਚਰਚਾ ਜਿਹੜੀ ਚੱਲਦੀ ਹੈ ਕਿ FIFA ਅਪਰੂਵਡ ਹੈ ਜੀ FIFA ਨੇ ਮਾਨਤਾ ਦਿੱਤੀ ਹੈ ਕਿ ਇਹ ਫੁੱਟਬਾਲ ਦੀ ਗਰਾਊਂਡ ਜਿਹੜੀ ਹੈ ਉਹ ਬਿਲਕੁਲ ਨਿਯਮਾਂ ਦੇ ਮੁਤਾਬਕ ਹੈ ਇਹ ਕਨਸੈਪਟ ਕਿੱਥੋਂ ਮਨ ਚ ਆਇਆ ਤੇ ਜੇ ਤੁਸੀਂ ਸਧਾਰਨ ਗਰਾਊਂਡ ਬਣਾਉਂਦੇ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਹੀ ਨਹੀਂ ਸੀ ਕਿੰਨਾ ਕੁ ਉਹਦੇ ਤੇ ਵੱਧ ਕੰਮ ਕਰਨਾ ਪਿਆ ਜੀ ਉਹ ਅਪਰੂਵਲ ਲੈਣ ਲਈ ਉਹ ਕਹਿੰਦੇ ਨਾ ਵੀ ਵੀ ਜੇ ਹੁਣ ਕਰਨ ਲੱਗੇ ਆ ਕਹਿੰਦੇ ਬਸ ਇਹ ਰਾੇ ਲਾ ਦਿਓ ਵੀ ਹੁਣ ਜੇ ਕਰਨੀ ਆ ਤਾਂ ਵੀ ਹੁਣ FIFA ਦਾ ਕੀ ਕਰ ਲੋ ਹੁਣ ਕੀ ਬੰਦ ਨੇ ਆ ਹਾਂਜੀ 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 ਇਹ ਉਹਨਾਂ ਦਾ ਸ਼ਰਤਾਂ ਰੱਖੀਆਂ ਸੀ ਹਾਂਜੀ ਹਾਂਜੀ ਉਹਨਾਂ ਸ਼ਰਤਾਂ ਦੇ ਮੁਤਾਬਕ ਕਾਫੀ ਟਾਈਮ ਲੱਗਾ ਸਾਨੂੰ ਅਪਰੂਵਲ ਲੈਣ ਲਈ ਉਹਨਾਂ ਦਾ ਸਾਡੀ ਕੋਲ ਆ ਗਿਆ ਅਪਰੂਵਲ ਸਾਡੀ ਪੂਰੀ ਵਧੀਆ ਕਿੰਨਾ ਖਰਚ ਹੋਇਆ ਜੀ ਗਰਾਊਂਡਾਂ ਦਾ ਅੰਦਾਜ਼ਾ ਗਰਾਊਂਡਾਂ ਦੇ ਸਾਡਾ ਅੰਦਾਜ਼ਾ ਜੀ 3 ਮਿਲੀਅਨ ਡਾਲਰ ਹਾਂਜੀ 3 ਮਿਲੀਅਨ ਹਾਂਜੀ 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 ਇਹ ਗਰਾਊਂਡਾਂ ਦੇ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫਿਰ ਜਿਹੜੀ ਸਾਡੀ ਕਾਰ ਪਾਰਕਿੰਗ ਆ ਉੱਤੇ ਅਲੱਗ ਖਰਚੇ ਆਏ ਬਾਥਰੂਮ ਟੋਲਟਾਂ ਜਿਹੜੀਆਂ ਬਣਾਈਆਂ ਉਹ ਅਲੱਗ ਖਰਚੇ ਫਿਰ ਫੈਂਸਾਂ ਤੇ ਵੱਖਰੇ ਖਰਚੇ ਆਏ ਸਾਡੇ ਇਹ ਗਰਾਊਂਡ ਦੇ ਆਲੇ ਦੁਆਲੇ ਫੈਂਸ ਦੇਖੀ ਜਿਹੜੀ ਜਿਹੜੀ ਹਾਈ ਫੈਂਸ ਆ ਫੁੱਟਬਾਲ ਕਰਕੇ ਸਪੈਸ਼ਲ ਬਣਾਈਆਂ ਉਹ ਸਾਰੇ ਖਰਚੇ ਵੱਖਰੇ ਫਿਰ ਲੱਗੇ ਹਾਂਜੀ ਹਾਂਜੀ ਅੱਛਾ ਕਾਲੀ ਸਾਹਿਬ ਮੈਨੂੰ ਹੋਰ ਜ਼ਰੂਰ ਦੱਸਿਓ ਕਿ ਆਮ ਤੌਰ ਦੇ ਉੱਤੇ ਨਾ ਆਪਣੇ ਭਾਈਚਾਰੇ ਦੀ ਗੱਲ ਆਪਣੇ ਭਾਈਚਾਰੇ 'ਚ ਹੀ ਰਹਿ ਜਾਂਦੀ ਹੁੰਦੀ ਹੈ ਨਾ ਵੀ ਆਪਾਂ ਠੀਕ ਹੈ ਜੀ ਕੰਮ ਕੀਤਾ ਆਪਾਂ ਗੁਰੂ ਘਰ ਦੇ ਵਿੱਚ ਆਏ ਗੁਰਬਾਣੀ ਸਰਵਣ ਕੀਤੀ ਲੰਗਰ ਪ੍ਰਸ਼ਾਦਾ ਪਕਾਇਆ ਬਣਾਇਆ ਛਕਿਆ ਫਿਰ ਆਪਾਂ ਘਰਾਂ ਨੂੰ ਚਲੇ ਗਏ ਪੰਜਾਬੀ ਬੱਚੇ ਪੰਜਾਬੀ ਪੜਨ ਆਉਂਦੇ ਆ ਗੋਰਿਆਂ ਨੇ ਤਾਂ ਆਉਣਾ ਨਹੀਂ ਕੀ ਗੁਰੂ ਘਰ ਦੁਆਰਾ ਇਹ ਜਿਹੜੇ ਸਾਰੇ ਉਦਮ ਕੀਤੇ ਜਾ ਰਹੇ ਆ ਉਹਨੂੰ ਸਰਕਾਰੀ ਦਰਬਾਰੇ ਕਦੇ ਕਿਸੇ ਨੇ ਰਿਕੋਗਨਾਈਜ਼ ਕੀਤਾ ਹੋਵੇ ਦੂਸਰੀਆਂ ਕੌਮਾਂ ਦੂਸਰੇ ਭਾਈਚਾਰਿਆਂ ਨੇ ਉਹਨਾਂ ਦੀਆਂ ਸੰਸਥਾਵਾਂ ਨੇ ਕਦੇ ਕਿਹਾ ਹੋਵੇ ਕਿ ਨਹੀਂ ਭਾਈ ਤੁਸੀਂ ਬਲੱਖਣ ਹੋ ਤੇ ਵਧੀਆ ਕੰਮ ਕਰਦੇ ਹੋ ਜੀ ਹਾਂ ਜੀ ਇਹ ਜਿਹੜੀ ਗਰਾਊਂਡਾਂ ਦੀ ਓਪਨਿੰਗ ਜਿਹੜੀ ਕੀਤੀ ਸੀ ਇਹ ਨਿਗੋਰੇਸ਼ਨ ਇਹ ਪ੍ਰਾਈਮ ਮਿਨਿਸਟਰ ਜਸਿੰਦਰ ਹਰੜਨ ਨੇ ਖੁਦ ਆ ਕੇ ਕੀਤੀ ਸੀ ਪਤਾ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਕੋਵਿਡ ਜਦੋਂ ਸ਼ੁਰੂ ਹੋਇਆ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਫੂਡ ਹੀਰੋ ਦਾ ਬੋਰਡ ਜਿਹੜਾ ਆ ਉਹ ਸਾਨੂੰ ਦਿੱਤਾ ਗਿਆ ਤੇ ਪਿਛਲੇ ਸਾਲ ਵੀ ਇਸ ਸਾਲ ਕੱਲ ਰਾਤ ਹੀ ਸਾਨੂੰ ਇੱਕ ਹੋਰ ਅਵਾਰਡ ਇੰਡੀਅਨ ਬਿਜ਼ਨਸ ਵੱਲੋਂ ਦਿੱਤਾ ਗਿਆ ਇੰਡੀਅਨ ਬਿਜ਼ਨਸ ਅਵਾਰਡ ਸੀ ਰਾਤ ਉੱਥੇ ਸਪੈਸ਼ਲ ਜਿਹੜਾ ਹੈ ਅਵਾਰਡ ਪ੍ਰਾਈਮ ਮਿਨਿਸਟਰ ਵੱਲੋਂ ਸੁਪਰੀਮ ਸੈਕਟੀਓਨ ਨੇ ਦਿੱਤਾ ਗਿਆ ਅਸੀਂ ਇਹ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਜਿਹੜੀ ਹਿਸਟਰੀ ਆ 135 ਸਾਲ ਦੀ ਹਿਸਟਰੀ ਨਿਊਜ਼ੀਲੈਂਡ 'ਚ ਜਿੰਨਾ ਅਸੀਂ ਪਿਛਲਿਆਂ 130 ਸਾਲਾਂ ਵਿੱਚ 132 ਸਾਲਾਂ ਵਿੱਚ ਰੈਕਗਨੀਸ਼ਨ ਸਾਨੂੰ ਨਹੀਂ ਮਿਲੀ ਉਨੇ ਸਾਨੂੰ ਪਿਛਲੇ ਦੋ ਤਿੰਨ ਸਾਲਾਂ ਵਿੱਚ ਮਿਲ ਗਈ ਮਿਲ ਗਈ ਆ ਕੋਵਿਡ ਤੋਂ ਬਾਅਦ ਮਾਨਤਾ ਕੋਵਿਡ ਤੋਂ ਬਾਅਦ ਮਾਨਤਾ ਦਿੱਤੀ ਕੋਵਿਡ ਤੋਂ ਬਾਅਦ ਸਾਨੂੰ ਲੋਕਾਂ ਨੂੰ ਜਾਣਨ ਜਾਣਨ ਲੱਗੇ ਕਿ ਕੌਣ ਆ ਜੀ ਤੇ ਬੜੀ ਮਹਾਰੇ ਦੀ ਕਿਰਪਾ ਹੋਈ ਹੈ ਹਾਂਜੀ ਹਾਂਜੀ ਇੱਕ ਹੋਰ ਜੀ ਦੱਸਿਓ ਕਿ ਆਉਣ ਵਾਲੇ ਸਮੇਂ ਦੇ ਕੋਈ ਪਲਾਨ ਕੋਸ਼ੂਰ ਹੋਣ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਜੇ ਆਪਾਂ ਪੰਜਾਬੀ ਭਾਸ਼ਾ ਪੜਾਉਣ ਦਾ ਕੰਮ ਸ਼ੁਰੂ ਕਰ ਲਿਆ ਲਾਇਬ੍ਰੇਰੀ ਸ਼ੁਰੂ ਕਰ ਲਈ ਗਰਾਊਂਡ ਆ ਸ਼ੁਰੂ ਕਰ ਲਈਆਂ ਤੇ ਜਦੋਂ ਸੰਗਤ ਬਹੁਤ ਵੱਡੀ ਗਿਣਤੀ ਚਾਉਣ ਲੱਗ ਪੈਂਦੀ ਹੈ ਤਾਂ ਪ੍ਰਬੰਧਾਂ ਦੇ ਕੋਲ ਯੋਜਨਾ ਦੂਰੰਦੇਸ਼ੀ ਦੀ ਚਾਹੀਦੀ ਹੈ ਹੋਰ ਵੀ ਕੋਈ ਯੋਜਨਾ ਹੈ ਜੀ ਹਾਂਜੀ ਹਾਂਜੀ ਸਾਡਾ ਨੈਕਸਟ ਜਿਹੜਾ ਪ੍ਰੋਜੈਕਟ ਹੈ ਜੀ ਗੁਰਦੁਆਰੇ ਦੇ ਖੱਬੇ ਪਾਸੇ ਜਿੱਥੇ ਅਕੋਮੋਡੇਸ਼ਨ ਹੈ ਗ੍ਰੰਤੀ ਸਿੰਘਾਂ ਦੀ ਉਹਨੂੰ ਢਾਹ ਕੇ ਉਹਦੇ ਵਿੱਚ ਅਸੀਂ 28 ਕਮਰੇ ਜਿਹੜੇ ਸਕੂਲ ਲਈ ਬਣਾ ਰਹੇ ਹਾਂ ਠੀਕ ਹੈ ਜੀ ਇੱਕ ਛੋਟਾ ਜਿਹਾ ਹਾਲ ਜਿਹੜਾ ਛੋਟੇ ਫੰਕਸ਼ਨਾਂ ਵਾਸਤੇ ਵਿਆਹ ਸ਼ਾਦੀ ਵਾਸਤੇ ਬਣਾ ਰਹੇ ਹਾਂ ਥੱਲੇ ਉਹਦੇ ਕਿਚਨ ਤੇ ਹੋਰ ਮੀਟਿੰਗ ਰੂਮ ਵਗੈਰਾ ਜੇ ਕਿਸੇ ਨੇ ਕੋਈ ਮੀਟਿੰਗ ਕਰਨੀ ਹੈ ਕਮਿਊਨਿਟੀ ਨੇ ਹੈ ਤੇ ਆਫਿਸ ਵਗੈਰਾ ਉਹਦੇ ਵਿੱਚ ਬਣਾ ਰਹੇ ਹਾਂ ਜੀ ਬਿਲਕੁਲ ਠੀਕ ਕੋ ਸਲਾਨਾ ਸਮਾਗਮ ਵੀ ਹੁੰਦੇ ਆ ਜੀ ਕੋਈ ਜਾਨੀ ਸਮਾਗਮ ਜੀ ਇਸ ਗੁਰੂ ਘਰ ਦੀ ਜਿਹੜੀ ਬਰੇਗੰਡ ਆ ਉਹ 13 ਮਾਰਚ 2005 ਨੂੰ ਹੋਈ ਸੀ ਸ਼ੁਰੂ ਉਹ 13 ਮਾਰਚ ਨੂੰ ਅਸੀਂ ਹਰੇਕ ਸਾਲ ਦੀ ਬਰੇਗੰਡ ਮਨਾਉਂਦੇ ਆ ਸਾਰਿਆਂ ਦਾ ਵੱਡਾ ਫੰਕਸ਼ਨ ਹੁੰਦਾ ਕੋਈ ਦਿਨ ਹੋਵੇ ਉਹ ਕੋਈ ਦਿਨ ਨਹੀਂ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਕਿ ਵੀਕਐਂਡ ਅੱਗੇ ਪਿੱਛੇ 14 15 ਹੋ ਗਿਆ ਜਾਂਦੇ ਆ ਹਾਂਜੀ ਫਿਰ ਦੂਜਾ ਫੰਕਸ਼ਨ ਜੀ ਬੰਦੀ ਛੋੜ ਦਿਵਸ ਠੀਕ ਹੈ ਜੀ ਉਹਨੂੰ ਦੀਵਾਲੀ ਜੇ ਮਨਾ ਲਓ ਜੇ ਬੰਦੀ ਛੋੜ ਕੇ ਅਸੀਂ ਤਾਂ ਅਸੀਂ ਪ੍ਰਮੋਟ ਬੰਦੀ ਛੋੜ ਕਰਦੇ ਆ ਉਹਨੂੰ ਤਾਂ ਕਿ ਸਾਡੀ ਕੋਮ ਸਾਡੇ ਬੱਚਿਆਂ ਨੂੰ ਪਤਾ ਰਹੇ ਕਿ ਦੀਵਾਲੀ ਤਾਂ ਸਾਰੇ ਮਨਾਏ ਜਾਂਦੇ ਆ ਠੀਕ ਹੈ ਜੀ ਉਹ ਸਾਰਿਆਂ ਨਾਲੋਂ ਵੱਡਾ ਫੰਕਸ਼ਨ ਆ ਇੱਥੇ ਤਕਰੀਬਨ 40 50 ਹਜ਼ਾਰ ਦਾ ਇਕੱਠ ਇੱਥੇ ਹੁੰਦਾ ਮੋਟਰਵੇ ਸਾਰੇ ਬਲੌਕ ਹੋ ਜਾਂਦੇ ਸ਼ਾਮ ਨੂੰ ਰਸਤਾ ਨੂੰ ਗੱਡੀਆਂ ਨਹੀਂ ਲੱਭਦੀਆਂ ਇੱਥੇ ਲੋਕਾਂ ਨੂੰ ਬੈਂਦੇ ਆ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇ ਗਰਾਉਂਡਾਂ ਸ਼ੁਰੂ ਕਰ ਲਈਆਂ ਤਾਂ ਕੋਈ ਖੇਡ ਮੇਲੇ ਦਾ ਵੀ ਕੋਈ ਮਨ ਦੇ ਵਿੱਚ ਹੋਊਗਾ ਕਿ ਆਪਾਂ ਭਾਈ ਆਉਣ ਵਾਲੇ ਸਮੇਂ ਚ ਸਲਾਨਾ ਕੋਈ ਸ਼ੁਰੂ ਕਰ ਲਾਂਗੇ ਨਹੀਂ ਖੇਡ ਮੇਲੇ ਤਕਰੀਬਨ ਜਿੱਦਣ ਤੋਂ ਗੁਰੂ ਘਰ ਬਣਿਆ ਉਦੋਂ ਤੋਂ ਨਾਲ ਨਾਲ ਹੀ ਚੱਲਦੇ ਆ ਅੱਛਾ ਤਰਾ ਰਹੇ ਹੋ ਨਾਂ ਦੇ ਨਾਲ ਦੇ ਹਾਂਜੀ ਹਾਂ ਜਿਹੜਾ ਸਾਡੀ ਐਨੀਵਰਸਰੀ ਵਾਲਾ ਮਾਰਚ ਦਾ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਨਾਲ ਖੇਡ ਮੇਲਾ ਵੀ ਨਾਲ ਹੀ ਹੁੰਦਾ ਜੀ ਕਿਹੜੀਆਂ ਖੇਡਾਂ ਹੁੰਦੀਆਂ ਉਹਦੇ ਵਿੱਚ ਫੁੱਟਬਾਲ ਬਾਲੀਬਾਲ ਬਾਸਕਟਬਾਲ ਨੈੱਟਬਾਲ ਤੇ ਕਬੱਡੀ ਕਬੱਡੀ ਤੋਂ ਹਾਂਜੀ ਸਾਰੀਆਂ ਖੇਡਾਂ ਹੁੰਦੀਆਂ ਗੁਰੂ ਘਰ ਵੱਲੋਂ ਹਾਂਜੀ 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 ਚਲੋ ਬਹੁਤ ਚੰਗਾ ਲੱਗਾ ਜੀ ਗੱਲਬਾਤ ਕਰਕੇ ਇਸ ਵੇਲੇ ਅਸੀਂ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਟਾਕਾਨੇ ਨਹੀਂ ਆਕਲੈਂਡ ਨਿਊਜ਼ੀਲੈਂਡ ਦੇ ਵਿੱਚ ਬੈਠੇ ਆ ਜੇ ਇਸ ਤਰੀਕੇ ਦੇ ਨਾਲ ਸਾਰੇ ਪ੍ਰਬੰਧਕਾਂ ਨੇ ਸੇਵਾਦਾਰਾਂ ਨੇ ਦੱਸਿਆ ਕੁਝ ਪ੍ਰਬੰਧਕ ਜਿਹੜੇ ਨੇ ਉਹ ਹੋਰ ਕਮਾਕਾਰਾਂ ਦੇ ਨੇ ਗੁਰੂ ਘਰ ਦੇ ਕਮਾਕਾਰਾਂ ਤੇ ਪੰਜਾਬ ਵੀ ਗ ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਭਵਿੱਖ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੋਰ ਸਰਵਿਸਿਜ਼ ਸ਼ੁਰੂ ਕੀਤੀਆਂ ਹੋਈਆਂ ਨੇ ਉਹ ਜਾਰੀ ਰਹਿਣ ਵਧੀਆ ਹੋਣ ਕਿਤੇ ਕੋ ਪ੍ਰਬੰਧਾਂ ਦੇ ਵਿੱਚ ਜਦੋਂ ਕੋ ਕੰਮ ਕਰਦੇ ਆ ਪਤਾ ਲੱਗਦਾ ਕਿ ਨਹੀਂ ਇਸ ਤਰੀਕੇ ਹੋਣਾ ਚਾਹੀਦਾ ਸੀ ਅਗਲੀ ਵਾਰ ਉਹ ਕਮੀਆਂ ਬੇਸ਼ੀਆਂ ਹੋਰ ਦੂਰ ਹੋਣ ਹੋਰ ਮਿਆਰ ਉੱਪਰ ਜਾਵੇ ਵੱਖ-ਵੱਖ ਭਾਈਚਾਰੇ ਜਿਹੜੇ ਨੇ ਉਹ ਇਸੇ ਤਰੀਕੇ ਮਾਨਤਾ ਦਿੰਦੇ ਰਹਣ ਅਸੀਂ ਆਸ ਤੇ ਉਮੀਦ ਕਰਦੇ ਹਾਂ ਇੱਕ ਇੱਕ ਗੱਲ ਜਿਹੜੀ ਹੋਰ ਹਾਂਜੀ ਪਲੀਜ਼ ਤੁਸੀਂ ਕੋਈ ਦੱਸੋ ਜੀ ਦੋ ਪ੍ਰੋਜੈਕਟ ਹੋ ਰਿਹਾ ਜੀ ਕਿਹੜੇ ਜੀ ਜਿੱਦਾਂ 올ਡ ਪਰਸਨ ਜਿਹੜੇ ਉਹਨਾਂ ਦੇ ਲਈ ਰੈਜ਼ਿਡੈਂਸ ਬਣਾਉਣ ਦਾ ਵੀ ਇੱਕ ਪਲੈਨਿੰਗ ਹੈ ਠੀਕ ਹੈ ਤੇ ਉਹ ਤੋਂ ਇਲਾਵਾ ਜਿੱਦਾਂ ਜਿਹੜੀ ਨਵੀਂ ਜ਼ਮੀਨ ਲਈ ਆ ਉਹਦੇ ਵਿੱਚ ਫਿਊਨਲ ਜਿਹੜਾ ਹੈਗਾ ਆਪਣਾ ਆਪਣੇ ਕਮਿਊਨਿਟੀ ਦਾ ਹੋਵੇ ਤਾਂ ਕਿ ਲੋਕਾਂ ਨੂੰ ਰਾਹਤ ਹੋਵੇ ਖਰਚਾ ਘੱਟ ਹੋਵੇ ਉਹ ਬਣਾਉਣ ਦੇ ਵੀ ਦੋ ਪ੍ਰੋਜੈਕਟ ਹੈਗੇ ਆਲੇ ਹਾਂ ਜੀ ਬਹੁਤ ਵਧੀਆ ਇੱਕ ਲਾਲੀਪਾ ਜੀ ਮੈਨੂੰ ਹੋਰ ਜ਼ਰੂਰ ਥੋੜਾ ਜਿਹਾ ਦੱਸਣ ਦੀ ਖੇਚਲ ਕਰਿਓ ਕਈ ਵਾਰੀ ਨਾ ਸਟੂਡੈਂਟ ਵੀ ਆਉਂਦੇ ਆ ਨਵੇਂ ਇਤੋਂ ਦੇ ਜਿਹੜੇ ਬੌਰਨ ਬੱਚੇ ਨੇ ਉਹ ਵੀ ਗੁਰੂ ਘਰ ਆਉਂਦੇ ਅੱਜਾ ਮੰਨ ਲਓ ਕਿਸੇ ਹੋਰ ਭਾਈਚਾਰੇ ਦਾ ਬੱਚਾ ਕੋ ਗੁਰੂ ਘਰ ਆ ਗਿਆ ਯੰਗ ਆ ਗਿਆ ਕਈ ਵਾਰੀ ਕੱਪੜੇ ਦੇ ਉੱਤੇ ਕਿਸੇ ਨੂੰ ਇਤਰਾਜ਼ ਹੋ ਸਕਦਾ ਹੋ ਸਕਦਾ ਕਿ ਉਹ ਠੀਕ ਤਰੀਕੇ ਬੈਠਣਾ ਜਾਂ ਗੱਲਾਂ ਕਰਨਾ ਦਬਕੇ ਦੂਬਕੇ ਮਾਰਦੇ ਹਾਂ ਕਿ ਆਰਾਮ ਨਾਲ ਪਿਆਰ ਨਾਲ ਸਮਝਾਉਂਦੇ ਹਾਂ ਨਹੀਂ ਨਹੀਂ ਜੀ ਦਬਕੇ ਨਹੀਂ ਇਹ ਵੈਸੇ ਸਾਨੂੰ ਹੁਣ ਪ੍ਰੋਬਲਮ ਨਹੀਂ ਆ ਰਹੀ ਇਸ ਵੇਲੇ ਸਾਨੂੰ 5-7 ਸਾਲ ਪਹਿਲਾਂ ਇਹ ਬਹੁਤ ਵੱਡੀ ਪ੍ਰੋਬਲਮ ਆਈ ਸੀ ਜਦੋਂ ਸਾਡੇ ਬੱਚੇ ਇੰਡੀਆ ਤੋਂ ਆਏ ਇੱਥੇ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਤਾਂ ਬੜੇ ਜ਼ਿਆਦਾ ਆਜ਼ਾਦੀ ਮਿਲ ਗਈ ਹੈ ਉਹ ਫਿਰ ਕੋਈ ਨਿੱਕਰ ਪਾ ਕੇ ਆ ਗਿਆ ਕੋਈ ਕਿਸ ਤਰ੍ਹਾਂ ਦਾ ਕੋਈ ਛੋਟੀ ਬਣਾਉਣ ਵਾਲੀ ਕੁਛ ਨਹੀਂ ਆ ਫਿਰ ਹਰੇਕ ਰਿਕ ਨੂੰ ਅਸੀਂ ਕਹਿਣਾ ਕਈ ਵਾਰੀ ਕੋਈ ਤਾਂ ਵਿਜਾਰਾ ਸੁਣ ਲੈਂਦਾ ਕਈ ਗੁੱਸੇ ਵੀ ਹੋ ਜਾਂਦੇ ਆ ਉਸ ਤੋਂ ਬਾਅਦ ਅਸੀਂ ਫਿਰ ਡਰੈਸ ਕੋਡ ਬਣਾ ਕੇ ਜੀ ਗੁਰੂ ਘਰ ਲਾ ਦਿੱਤਾ ਜੀ ਹੁਣ ਤਕਰੀਬਨ ਤੁਸੀਂ ਬਾਹਰਲੇ ਗੇਟ ਤੋਂ ਲੈ ਕੇ ਸਾਰੇ ਇੰਟਰੈਸ ਤੇ ਡਰੈਸ ਕੋਡ ਬਣਿਆ ਆ ਤੇ ਉਹ ਡਰੈਸ ਕੋਡ ਦੇਖ ਕੇ ਹੁਣ ਜੇ ਕੋਈ ਕਦੇ ਭੁੱਲਾ ਪੜ ਗਿਆ ਕਿ ਮੇਰੇ ਅੱਗੇ ਆ ਜਾਂਦਾ ਉਹ ਆਪਣੇ ਆਪ ਹੀ ਰੀਅਲਾਈਜ਼ ਕਰ ਲੈਂਦਾ ਵੀ ਮੈਂ ਗਲਤ ਕੱਪ ਕੱਪੜੇ ਪਾ ਕੇ ਆ ਗਿਆ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜੇ ਕੋਈ ਆ ਆ ਪਿਆਰ ਨਹੀਂ ਸਮਝਾਉਂਦਾ ਕਹਿਣਾ ਬਹੁਤ ਸ਼ੁਕਰੀਆ ਜੀ ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਸੋ ਇਸ ਵੇਲੇ ਮੈਂ ਜਿਵੇਂ ਪਹਿਲਾਂ ਦੱਸਿਆ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਨ ਇੰਨੀ ਵਿਖੇ ਬੈਠੇ ਆ ਬਹੁਤ ਸਾਰੇ ਵੱਡੇ ਪ੍ਰੋਜੈਕਟ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀ ਸਿੱਖ ਭਾਈਚਾਰਾ ਬੈਠਾ ਉਹ ਸ਼ੁਰੂ ਹੋਣ ਤੇ ਆਸਰਦਾਸ ਇਹ ਕਰਦੇ ਆ ਕਿ ਦੁਨੀਆ ਭਰ ਦੇ ਵਿੱਚ ਸ਼ਾਂਤੀ ਦਾ ਜਿਹੜਾ ਉਹ ਪ੍ਰਸਾਰ ਹੋਵੇ ਅਸੀਂ ਤੇ ਇਹ ਵੀ ਚਾਹੁੰਦੇ ਹਾਂ ਕਿ ਹਰ ਇੱਕ ਬੰਦਾ ਆਪਦੀ ਕਮਾਈ ਕਰੇ ਉਹਨੂੰ ਘਰੇ ਆਪਣਾ ਜਿਹੜਾ ਉਹਦੀ ਰਸੋਈ ਦੇ ਵਿੱਚ ਸਾਰਾ ਕੰਮ ਚੱਲੇ ਕੰਮ ਜੇ ਕਿਸ ਨੂੰ ਲੋੜ ਹੈ ਤਾਂ ਨਿਸ਼ਾਨ ਸਾਹਿਬ ਝੂਲਦੇ ਨੇ ਜੀ ਇਧਰਲੇ ਪਾਸੇ ਕੋਈ ਨੂੰ ਕੋ ਸਹਾਇਤਾ ਤਾਂ ਮਿਲੀ ਜਾਂਦੀ ਹੈ ਸੋ ਇੱਥੇ ਦਿਓ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ